ਤੁਸੀਂ ਦੇਖ ਰਹੇ ਹੋ ਦਾ ਖਬਰਸਾਰ ਤੇ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਅਸੀਂ PSIEC ਘੁਟਾਲੇ ਦੀ ਤੀਜੀ ਰਿਪੋਰਟ ਵਿੱਚ ਤੁਹਾਡੇ ਨਾਲ ਟੈਨੋਰ ਕੰਪਨੀ ਦੇ MD ਡਾਕਟਰ PJ ਸਿੰਘ ਹੋਣਾ ਦਾ ਜ਼ਿਕਰ ਕੀਤਾ ਸੀ, ਜਿਨ੍ਹਾਂ ਵੱਲੋਂ ਆਪਣੀ ਇੰਡਸਟਰੀ ਲਗਾਉਣ ਦੇ ਲਈ ਅਤੇ ਲੋਕਾਂ ਨੂੰ ਰੋਜ਼ਗਾਰ ਦੇਣ ਦੇ ਲਈ ਇੱਕ ਤੋਂ ਜ਼ਿਆਦਾ ਪਲਾਟ ਖਰੀਦੇ ਗਏ ਸਨ। ਰੋਜ਼ਗਾਰ ਦੇਣਾ ਤਾਂ ਦੂਰ ਦੀ ਗੱਲ, ਉਹਨਾਂ ਪਲਾਟਾਂ ਉੱਤੇ ਨਾ ਕਦੇ ਇੰਡਸਟਰੀ ਦੀ ਉਸਾਰੀ ਹੀ ਹੋਈ ਅਤੇ ਨਾ ਹੀ ਕਦੇ ਕਿਸੇ ਵੀ ਤਰ੍ਹਾਂ ਦੀ ਪ੍ਰੋਡਕਸ਼ਨ ਦਿਖਾਈ ਗਈ। ਪਰ ਬੜੀ ਹੀ ਚਲਾਕੀ ਦੇ ਨਾਲ ਦਵਾਈਆਂ ਦਾ ਕੰਮ ਛੱਡ ਕੇ ਆਪਣੇ ਕੁੜਮ ਜਸਦੀਪ ਸਿੰਘ ਪ੍ਰਾਪਰਟੀ ਡੀਲਰ ਦੀ ਤਰ੍ਹਾਂ ਟੈਨੋਰ ਦੇ MD ਡਾਕਟਰ PJ ਸਿੰਘ ਹੋਣਾ ਨੇ ਉਹਨਾਂ ਪਲਾਟਾਂ ਦੀ ਹੀ ਦਲਾਲੀ ਕਰ ਛੱਡੀ। ਪਲਾਟਾਂ ਦੀ ਦਲਾਲੀ ਵੀ ਕੋਈ ਐਸੀ ਵੈਸੀ ਦਲਾਲੀ ਨਹੀਂ, ਸਗੋਂ ਇੱਕ ਇੱਕ ਪਲਾਟ ਨੂੰ ਅਨੇਕਾਂ ਹਿੱਸਿਆਂ ਵਿੱਚ ਵੰਡ ਕੇ ਉਹ ਸਾਰੇ ਹੀ ਹਿੱਸੇ ਕਰੋੜਾਂ ਅਰਬਾਂ ਰੁਪਏ ਤੇ ਵੇਚ ਦਿੱਤੇ। ਇਹੋ ਕਰੋੜਾਂ ਅਰਬਾਂ ਰੁਪਏ ਸਰਕਾਰ ਦੇ ਖਜ਼ਾਨੇ ਵਿੱਚ ਵੀ ਆ ਸਕਦੇ ਸੀ, ਪਰ ਸਰਕਾਰ ਨੂੰ ਲਗਾਇਆ ਗਿਆ ਅਰਬਾਂ ਦਾ ਚੂਨਾ। ਹੈਰਾਨੀ ਇਸ ਗੱਲ ਦੀ ਹੈ ਕਿ ਕੁਝ ਵੱਡੇ ਅਧਿਕਾਰੀਆਂ ਦੇ ਨਾਲ ਮਿਲ ਕੇ ਆਪਣੇ ਕਈ ਘਰ ਵਸਾ ਕੇ ਪੰਜਾਬ ਨੂੰ ਉਜਾੜੇ ਵੱਲ ਧੱਕਣ ਵਾਲੇ ਅੱਜ ਕਿਵੇਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਇਨਵੈਸਟ ਪੰਜਾਬ ਦਾ ਮੰਚ ਸਾਂਝਾ ਕਰ ਰਹੇ ਨੇ। ਪਤਾ ਨਹੀਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੂੰ ਇਹਨਾਂ ਦੇ ਪਿਛੋਕੜ ਬਾਰੇ ਪਤਾ ਵੀ ਹੈ ਜਾਂ ਨਹੀਂ। ਖੈਰ, ਇਸ ਬਾਬਤ ਸਾਡੀ ਗੱਲਬਾਤ ਹੋਈ ਟੈਨੋਰ ਦੇ MD ਡਾਕਟਰ PJ ਸਿੰਘ ਹੋਣਾ ਦੇ ਨਾਲ। ਸਾਡੇ ਸਵਾਲ ਸਿੱਧੇ ਅਤੇ ਸਪਸ਼ਟ ਸਨ, ਪਰ ਉਹਨਾਂ ਦੇ ਜਵਾਬ ਡਾਕਟਰ PJ ਸਿੰਘ ਹੋਣਾ ਨੇ ਕਿਵੇਂ ਜਲੇਬੀ ਵਾਂਗ ਦਿੱਤੇ ਉਹ ਤੁਸੀਂ ਆਪ ਸੁਣੋ। ਗੱਲਬਾਤ ਕਾਫੀ ਲੰਬੀ ਹੈ, ਪਰ ਤੁਹਾਡੇ ਅੱਗੇ ਬੇਨਤੀ ਕਰਾਂਗੇ ਕਿ ਸਾਰੀ ਗੱਲਬਾਤ ਧਿਆਨ ਦੇ ਨਾਲ ਸੁਣਨਾ ਤੇ ਇਹ ਵੀ ਦੱਸਣਾ ਕਿ ਕੀ ਤੁਹਾਨੂੰ ਡਾਕਟਰ PJ ਸਿੰਘ ਹੋਣਾ ਦੇ ਦਿੱਤੇ ਜਵਾਬ ਹਜ਼ਮ ਹੋਏ ਜਾਂ ਫਿਰ ਨਹੀਂ। ਹੈਲੋ, ਹਾਂਜੀ ਸਰ, PJ ਸਿੰਘ ਸਰ, ਮੈਂ ਠਾਕੁਰ ਅਮਨਦੀਪ ਸਿੰਘ ਗੱਲ ਕਰ ਰਿਹਾ ਜੀ। 7:30 ਵਜੇ ਤੁਸੀਂ ਕਿਹਾ ਸੀ ਕਾਲ ਕਰਨ ਨੂੰ। ਹਾਂਜੀ 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 ਸਰ, ਗੱਲ ਕਰ ਸਕਦੇ ਹਾਂ ਜੀ? ਹਾਂਜੀ 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 ਸਰ, ਜਿਹੜਾ ਪਲਾਟ ਨੰਬਰ A28 ਹੈਗਾ ਇੰਡਸਟਰੀਅਲ ਏਰੀਆ ਫੇਸ 7 ਮੋਹਾਲੀ ਦੇ ਵਿੱਚ, ਉਹ ਸਰ ਉਹ ਆਪ ਜੀ ਵੱਲੋਂ ਕਦੋਂ ਸਰ ਖਰੀਦਿਆ ਗਿਆ ਸੀ? ਏਦਾਂ ਹੈ, ਅਸੀਂ ਨਾ, ਮੇਰਾ ਖਿਆਲ ਹੈ ਕੋਈ 2016-17 ਦੇ ਵਿੱਚ ਇੱਕ ਆਕਸ਼ਨ ਹੋਈ ਜੀ ਸਰ, ਉਹ ਅਸੀਂ ਹਾਈ ਕੋਰਟ ਨੇ ਆਕਸ਼ਨ ਕੀਤੀ ਜੀ ਸਰ। ਲਿਕੁਇਡੇਟਰ ਹੁੰਦਾ ਨਾ ਜਿਹੜਾ? ਹਾਂਜੀ ਹਾਂਜੀ ਬਿਲਕੁਲ। ਉਹ ਬੜੇ ਸਾਲਾਂ ਤੋਂ ਆਕਸ਼ਨ ਹੁੰਦੀ ਪਈ ਸੀ ਉਹਦੀ ਜੀ ਸਰ, 5-7 ਵਾਰੀ ਆਕਸ਼ਨ ਹੋ ਗਈ ਸੀ ਜੀ ਸਰ, ਤੇ ਸਾਨੂੰ ਪਤਾ ਲੱਗਿਆ ਕਿ ਯਾਰ ਇਹ ਵਿਕਦਾ ਪਿਆ ਜੀ ਸਰ, ਨਵਾਂ ਯੂਨਿਟ ਲਾਣਾ ਚਾਹੁੰਦੇ ਸੀ ਜੀ ਸਰ, ਤੇ ਸਾਡੀ ਕੋਈ ਜੁਆਇੰਟ ਵੈਂਚਰ ਹੋ ਰਹੀ ਸੀ ਬਾਹਰ ਦੀ ਕੰਪਨੀ ਨਾਲ ਜੀ ਸਰ। ਅਸੀਂ ਗਏ ਸਰਕਾਰ ਕੋਲ ਜੀ ਸਰ, ਸਾਨੂੰ ਜੁਆਇੰਟ ਵੈਂਚਰ ਹੋ ਰਹੀ ਹੈ ਜੀ ਸਰ, ਤੁਹਾਨੂੰ ਦੱਸੋ ਕੀ ਬੈਨੀਫਿਟ ਦਿਓਗੇ ਜੀ ਸਰ? ਉਹ ਕਹਿੰਦੇ ਜੀ ਆ ਦੇਖੋ ਆਹ ਬੈਨੀਫਿਟਸ ਨੇ, ਅਸੀਂ ਤੁਹਾਨੂੰ ਦਿਆਂਗੇ। ਕੀ ਬੈਨੀਫਿਟਸ ਕੀ ਸੀ ਸਰ? ਜਿਹੜੇ ਉਸ ਟਾਈਮ ਦੀ ਪਾਲਿਸੀ ਚ ਲਿਖੇ ਸੀ ਜੀ, ਤੇ ਅਸੀਂ ਕਿਹਾ ਵੀ ਦੇਖੋ ਸਾਡਾ ਜੁਆਇੰਟ ਵੈਂਚਰ ਪਾਰਟਨਰ ਮੰਗਦਾ ਵੀ ਜਿਹੜਾ ਡਿਪਾਰਟਮੈਂਟ ਹੈ ਜੀ, ਲਿਖ ਕੇ ਦੇਵੇ ਸਾਰੇ ਬੈਨੀਫਿਟ ਜੀ। ਸਰਕਾਰ ਨੇ ਸਾਨੂੰ ਉਦੋਂ ਲਿਖ ਕੇ ਦੇਤੇ ਬੈਨੀਫਿਟ। ਉਹ ਸਰ ਬੈਨੀਫਿਟ ਸੀਗੇ ਕੀ? ਉਹ ਜਿਹੜੇ ਬੈਨੀਫਿਟ ਹੁੰਦੇ ਨੀ, ਜਿਵੇਂ ਆਪਾਂ ਕਹਿੰਦੇ ਆ ਵੀ ਸਟੈਂਪ ਡਿਊਟੀ ਮਾਫ ਹੋ ਜਾਏਗੀ, ਬਿਜਲੀ ਦੇ ਉਹ ਮਾਫ ਹੋ ਜਾਏਗੀ। ਓਕੇ, ਉਹ ਮਤਲਬ ਤੁਹਾਡੇ ਤੁਹਾਨੂੰ ਰਿਟਰਨ ਦੇ ਵਿੱਚ ਡਿਪਾਰਟਮੈਂਟ ਨੇ ਦਿੱਤੇ ਸਾਨੂੰ। ਓਕੇ, ਉਹ ਸਰ ਕਾਪੀ ਉਹਦੀ ਭੇਜਿਓ। ਅੱਛਾ, ਅੱਗੇ ਸਰ? ਫਿਰ ਅਸੀਂ ਉਹਨਾਂ ਨੂੰ ਭੇਜਦੇ ਜੀ ਸਰ, ਇਹਦੇ ਬੇਸਿਸ ਦੇ ਉੱਤੇ ਸਾਨੂੰ ਉਹਨਾਂ ਨੇ ਕਮਿਟ ਕਰਤਾ ਵੀ ਜੇ ਤੁਸੀਂ ਏਦਾਂ 100 ਕਰੋੜ ਲਗਾਉਂਦੇ ਹੋ ਤੁਹਾਨੂੰ ਬੈਨੀਫਿਟ ਹੋ ਜਾਣਗੇ, ਹਨਾ ਜੀ। ਅਸੀਂ ਕਿਹਾ ਬਹੁਤ ਵਧੀਆ। ਤੁਸੀਂ 2016 ਦੀ ਗੱਲ ਦੱਸ ਰਹੇ ਹੋ ਨਾ? 2016-17 ਦੀ? ਹਾਂ, ਇਹ ਉਦੋਂ ਦੀ ਗੱਲ। ਠੀਕ ਹੈ ਸਰ। ਉਦੋਂ ਅਸੀਂ ਫਿਰ ਜੀ ਕੀ ਕੀਤਾ ਕਿ ਸਰਕਾਰ ਨਾਲ ਗੱਲਾਂ ਕਰਨ ਲੱਗ ਪਏ। ਉਧਰੋਂ ਅਸੀਂ ਕੀ ਕੀਤਾ ਵੀ ਆਪਣੇ ਜੁਆਇੰਟ ਵੈਂਚਰ ਕੰਪਨੀ ਨੂੰ ਮਨਾ ਲਿਆ ਕਿ ਭਾਈ ਤੁਸੀਂ ਪੈਸੇ ਲਗਾਓ ਸਾਡੇ ਤੇ ਜੀ ਸਰ, ਤੇ ਇਧਰੋਂ ਅਸੀਂ ਕੀ ਕੀਤਾ ਫਿਰ ਬੋਲੀ ਜਿੱਦਣ ਹੋਈ ਜੀ ਸਰ, ਪੁਲਿਸ ਪਾਰਟਿਸਪੇਟ ਕੀਤਾ। ਓਕੇ ਸਰ, ਤੇ ਸਾਨੂੰ ਉਹ ਮਿਲ ਗਿਆ ਪਲਾਟ। ਅੱਛਾ, ਬੋਲੀ ਕਦੋਂ ਹੋਈ ਸਰ? ਹੈ, ਬੋਲੀ ਕਦੋਂ ਹੋਈ ਸੀ? ਇਹ ਮੇਰਾ ਖਿਆਲ ਹੈ 2016 ਦੇ ਐਂਡ ਚ ਜਾਂ 2017 ਦੇ ਬਿਗਨਿੰਗ ਚ ਹੋਈ ਸੀ। ਓਕੇ ਸਰ, ਦੇਖੋ ਮੈਨੀ ਪਾਰਟਿਸਿਪੈਂਟਸ। ਓਕੇ ਸਰ, ਅਸੀਂ ਬੋਲੀ ਚ, ਚਲੋ ਪਲਾਟ ਮਿਲ ਗਿਆ ਸਾਨੂੰ, ਠੀਕ ਹੈ ਸਰ, ਹਾਈਐਸਟ ਬਿਡਰਸ, ਤੇ ਫਿਰ ਹਾਈ ਕੋਰਟ ਨੇ ਸਾਡੇ ਨਾਂ ਤੇ ਵੀ ਟ੍ਰਾਂਸਫਰ ਕਰਤਾ ਜੀ। ਫਿਰ ਕੈਫ ਐਪਲੀਕੇਸ਼ਨ ਪਾਤੀ, ਜਿਹੜੀ ਨਾ ਸਰਕਾਰੀ ਤਰੀਕਾ ਨਹੀਂ ਹੁੰਦਾ ਇਹਨਾਂ ਦਾ ਕਿ ਵੀ ਤੁਸੀਂ ਕੈਫ ਐਪਲੀਕੇਸ਼ਨ ਪਾਓ ਪੰਜਾਬ ਇਨਵੈਸਟ ਦੇ ਅੰਦਰ, ਤੇ ਅਸੀਂ ਉਹ ਕੈਫ ਐਪਲੀਕੇਸ਼ਨ ਦਿੱਤੀ ਜੀ, ਤੇ ਪ੍ਰੋਸੀਜਰ ਸੀ, ਅਸੀਂ ਪਾਤੀ ਐਪਲੀਕੇਸ਼ਨ ਜੀ, ਉਹ ਐਪਲੀਕੇਸ਼ਨ ਪ੍ਰੋਸੈਸ ਹੋ ਗਈ, ਉਧਰੋਂ ਅਸੀਂ ਨਕਸ਼ੇ ਬਣਵਾ ਲਏ ਜੀ, ਨਕਸ਼ੇ ਬਣਵਾ ਲਏ ਅਸੀਂ, ਤੇ ਅਸੀਂ ਕਰਤਾ ਸਾਰਾ ਕੁਝ, ਤੇ
ਉਤੋਂ ਬਾਅਦ ਕੀ ਹੋਇਆ ਕਿ ਇੱਕ ਲਾਸਟ ਇੱਕ ਮੀਟਿੰਗ ਹੁੰਦੀ ਜਿਹਨੂੰ ਕਹਿੰਦੇ ਨੇ ਡੈਫੀਨੇਟਿਵ ਐਗਰੀਮੈਂਟ ਸਾਈਨਿੰਗ ਵਿਦ ਦਾ ਗਵਰਨਮੈਂਟ। ਇਹਦਾ ਮਤਲਬ ਜਿਹੜੇ ਬੈਨੀਫਿਟ ਹੋਣਗੇ ਨਾ ਤੁਹਾਡੇ ਉਹ ਫਿਰ ਗਵਰਨਮੈਂਟ ਨਾ ਇੱਕ ਸਟੈਂਪ ਪੇਪਰ ਦੇ ਉੱਤੇ ਲਿਖ ਕੇ ਦਿੰਦੀ ਵੀ ਇਹ ਬੈਨੀਫਿਟ ਮਿਲਨੇ ਨੇ। ਓਕੇ, ਉਹ ਤਾਂ ਤੁਸੀਂ ਕਹਿ ਰਹੇ ਸੀ ਪਹਿਲਾਂ ਲੈ ਲਏ ਸੀ ਲਿਖ ਕੇ। ਨਹੀਂ ਨਹੀਂ ਉਹ ਜਨਰਲ ਚਿੱਠੀ ਸੀ, ਕੈਫ ਤੋਂ ਬਾਅਦ ਨਾ ਇੱਕ ਡੈਫੀਨੇਟਿਵ ਐਗਰੀਮੈਂਟ ਬਣਦਾ ਹੈ। ਓਕੇ ਸਰ, ਤੇ ਵੈਸੇ ਪਾਏ ਸੀ ਕਿ ਹਾਂ ਇਹ ਬੈਨੀਫਿਟ ਮਿਲਣਗੇ ਜਿਹਦੇ ਬੇਸਿਸ ਤੇ ਸਾਡਾ ਜੁਆਇੰਟ ਵੈਂਚਰ ਪਾਰਟਨਰ ਬਣ ਗਿਆ। ਓਕੇ, ਉਹਨਾਂ ਨੇ ਰਿਟਰਨ ਤੁਹਾਨੂੰ ਦੇਤੇ ਫਿਰ ਉਹ? ਉਹਨਾਂ ਨੇ ਡੈਫੀਨੇਟਿਵ ਐਗਰੀਮੈਂਟ ਬਣਾ ਲਈ ਜਦੋਂ ਵਾਰੀ ਆਈ। ਜੀ ਸਰ, ਸਰਕਾਰ ਸਾਰੇ ਬੈਨੀਫਿਟਸ ਤੋਂ ਮੁਕਰ ਗਈ। ਓਕੇ ਸਰ, ਅਸੀਂ ਕਿਹਾ ਯਾਰ ਇੱਦਾਂ ਨਾ ਕਰੋ, ਸਾਡੇ ਨਾਲ ਤਾਂ ਉਹ ਵੀ ਉਹ ਅਸੀਂ ਬੜੀ ਮੁਸ਼ਕਲ ਉਹਨਾਂ ਨੂੰ ਮਨਾ ਕੇ ਲਿਆਂਦਾ, ਸਾਡੇ ਤਾਂ ਫੇਸ ਹੀ ਨਹੀਂ ਰਹਿ ਜਾਣਾ ਵੀ ਜਿੱਥੇ ਤੁਸੀਂ ਕਿੱਥੇ ਸਾਨੂੰ ਤੁਸੀਂ ਪਤਾ ਨੀ ਲੈਟਸ ਸੇ ਵੀ 100 ਕਰੋੜ ਮੰਨਦੇ ਪਏ ਅਸੀਂ ਬੈਨੀਫਿਟ ਦੇਵਾਂਗੇ, 10 ਸਾਲਾਂ ਚ ਤੁਸੀਂ 7 ਕਰੋੜ ਤੇ ਆ ਗਏ ਹੋ, ਸੋ ਵਾਟ ਹਾਊ ਵਿਲ ਵੀ ਫੇਸ ਦੈਮ। ਅਸੀਂ ਇਹਨਾਂ ਨੂੰ ਰਿਕੁਐਸਟ ਕਰਦੇ ਰਹੇ ਬਟ ਐਨੀਵੇ ਸਰਕਾਰ ਨੇ ਕੋਈ ਗੱਲ ਮੰਨੀ ਨਹੀਂ ਜੀ, ਤੇ ਅਸੀਂ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਚਿੱਠੀਆਂ ਲਿਖਣ ਲੱਗ ਪਏ ਬਈ ਏਦਾਂ ਨਾ ਕਰੋ। ਇਹ ਕਦੋਂ ਦੇ ਕਿਹੜੇ ਸਾਲ ਦੀ ਗੱਲ ਹੈ ਸਰ ਜਿਹੜੀ ਚਿੱਠੀਆਂ? 2017 ਦੀ ਗੱਲ ਨਾ, 2017 ਦੀ। ਤੇ ਨਕਸ਼ੇ ਤੁਸੀਂ ਕਿਹੜੇ ਇਹਨਾਂ ਨੂੰ ਦਿੱਤੇ ਸੀ? ਨਕਸ਼ੇ ਤੁਸੀਂ ਕਹਿ ਰਹੇ ਸੀ ਨਕਸ਼ੇ ਬਣਵਾ ਲਏ ਅਸੀਂ। ਅਸੀਂ ਜਿਹੜੀ ਜਿਹੜਾ ਅਸੀਂ ਫੈਕਟਰੀ ਲਾਣੀ ਸੀ ਉੱਥੇ। ਓਕੇ, ਠੀਕ ਹੈ। ਅਸੀਂ ਜਿਹੜੀ 8-28 ਦੀ ਫੈਕਟਰੀ ਲਾਣੀ ਸੀ, 1000 ਬੰਦੇ ਉੱਥੇ ਕਮਿਟਮੈਂਟ ਕੀਤੀ ਵੀ ਅਸੀਂ ਇੱਥੇ ਇੰਪਲੋਇਮੈਂਟ ਦੇਵਾਂਗੇ। ਓਕੇ ਸਰ, ਉਹਦਾ ਨਕਸ਼ਾ ਵੀ ਕਾਇੰਡਲੀ ਮੈਨੂੰ ਭੇਜਿਓ ਨਾ। ਅੱਛਾ, ਫੇਰ ਤੁਸੀਂ ਕਹਿ ਰਹੇ ਹੋ ਵੀ 2017 ਦੇ ਵਿੱਚ ਇਹ ਲਿਖਣ ਲੱਗੇ ਤੁਹਾਨੂੰ? ਕੈਫ ਐਪਲੀਕੇਸ਼ਨ ਪਾਉਂਦੇ ਨਾ ਜਿਹੜੀ ਆਪਾਂ, ਉਹ ਕੀ ਕਹਿੰਦੇ ਨੇ ਕੰਬਾਈਨਡ ਐਪਲੀਕੇਸ਼ਨ ਫਾਰਮ ਹੁੰਦਾ ਜਿਹੜਾ ਇਨਵੈਸਟ ਪੰਜਾਬ ਮੰਗਦਾ ਹੈ। ਜੀ ਜੀ ਜੀ। ਉਸ ਤੋਂ ਬਾਅਦ ਅਸੀਂ ਚਿੱਠੀ ਪਾਈ ਇਹਨਾਂ ਨੂੰ ਤੇ ਅਸੀਂ ਫਿਰ ਮੁੜ ਕੇ ਜਦੋਂ ਇਹ ਸਾਡੀ ਗੱਲ ਸੁਣਦੇ ਹੀ ਨਹੀਂ ਸੀ ਵੀ ਅਸੀਂ ਇਹਨਾਂ ਨੂੰ ਕਿਹਾ ਵੀ ਆਪਣੀ ਪਾਲਿਸੀ ਤੁਹਾਡੀਆਂ ਗਲਤ ਨੇ, ਤੁਸੀਂ ਸਾਨੂੰ ਕਮਿਟ ਕਰ ਚੁੱਕੇ ਹੋ, ਸਾਡੇ ਕੋਲ ਰਿਕਾਰਡਸ ਨੇ, ਸਾਡੇ ਕੋਲ ਵੀਡੀਓਜ਼ ਨੇ ਜਿਹਦੇ ਤੁਹਾਡੇ ਫੰਕਸ਼ਨ ਹੋਇਆ, ਫੰਕਸ਼ਨ ਤੇ ਆ ਕੇ ਬੋਲੇ ਆ ਕੇ ਜੀ, ਤੇ ਐਨੀ ਹਾਓ ਅਸੀਂ ਮੁੜ ਕੇ ਇਹਨਾਂ ਨੂੰ ਜੀ ਉਹ ਕੀਤਾ ਚਿੱਠੀਆਂ ਪਾਉਣ ਲੱਗ ਪਏ ਵੀ ਅਸੀਂ ਪੰਜਾਬ ਤੋਂ ਬਾਹਰ ਚੱਲੇ, ਅਸੀਂ ਨੀ ਲਾਵਾਂਗੇ ਇੱਥੇ ਜੀ। ਅਸੀਂ ਏਦਾਂ ਦੀ ਫੰਕਸ਼ਨਸ ਤੇ ਆ ਕੇ, ਫੰਕਸ਼ਨਸ ਤੇ ਆ ਕੇ ਕੌਣ ਬੋਲਦਾ ਸੀ, ਕਿਹੜੇ ਅਧਿਕਾਰੀ ਸਨ ਉਦੋਂ ਦੇ? ਕੌਣ ਸਰ? ਜਿਹੜੇ ਉੱਥੋਂ ਦਾ ਜਿਵੇਂ ਆਪਾਂ ਕਹਿੰਦੇ ਸੈਕਟਰੀ ਇੰਡਸਟਰੀਜ਼ ਹੋ ਗਿਆ। ਉਦੋਂ ਕੌਣ ਸੀ ਸਰ, ਕਿਹੜੇ ਸਰ ਸੀ? ਮੇਰਾ ਖਿਆਲ ਆਰ ਕੇ ਵਰਮਾ ਜੀ ਸੀ ਇੱਕ। ਓਕੇ, ਇਹ ਕੀ ਕਿਹਾ ਇਹਨਾਂ ਨੇ? ਰਜਤ ਅਗਰਵਾਲ ਜੀ ਸੀ ਇੱਕ। ਇਹਨਾਂ ਨੇ ਬੋਲਿਆ ਕੀ ਫਿਰ ਉਦੋਂ? ਇਹਨਾਂ ਨੇ ਕਿਹਾ ਵੀ ਬੈਨੀਫਿਟ ਦੇਵਾਂਗੇ ਵਾਲੇ। ਅਸੀਂ ਮੈਂ ਇਹਨਾਂ ਨੂੰ ਕਿਹਾ ਸੀ, ਮੈਂ ਕਿਹਾ ਜੇ ਫੰਕਸ਼ਨ ਤੇ ਆ ਰਹੇ ਹੋ ਜੀ ਸਰ, ਇੰਚ ਅਮੈਰੀਕਨ ਸਾਰੇ ਪਾਰਟਨਰ ਆ ਰਹੇ ਨੇ ਜੀ, ਤੇ ਉਹਦੇ ਵਿੱਚ ਇੰਡਸਟਰੀਅਲਿਸਟ ਇੰਨੇ ਆਏ ਜੀ, ਅਸੀਂ ਤਾਜ ਹੋਟਲ ਦੇ ਵਿੱਚ ਫੰਕਸ਼ਨ ਕੀਤਾ ਜੀ, ਤੇ ਇਟ ਵਾਸ ਲਾਈਕ ਯੂ ਨੋ ਗੈਟਿੰਗ ਅ ਹਿਊਜ ਇਨਵੈਸਟਮੈਂਟ ਇਨਟੂ ਪੰਜਾਬ ਜੀ ਸਰ, ਤੇ ਇਹਨਾਂ ਨੇ ਫਿਰ ਉਦੋਂ ਬੜਾ ਸੋਹਣਾ ਫੰਕਸ਼ਨ ਤੇ ਸਾਰਾ ਕੁਝ ਐਕਸਪਲੇਨ ਕੀਤਾ ਸੀ ਜੀ। ਸੋ ਬਟ ਜਦੋਂ ਡੈਫੀਨੇਟਿਵ ਐਗਰੀਮੈਂਟ ਸਾਈਨ ਕਰਨ ਦੀ ਵਾਰੀ ਆਈ, ਇਹ ਮੁਕਰ ਗਏ। ਓਕੇ, ਫਿਰ ਅਸੀਂ ਇਹਨਾਂ ਨੂੰ ਚਿੱਠੀਆਂ ਪਾਣੀਆਂ ਸ਼ੁਰੂ ਕੀਤੀਆਂ ਜੀ। ਉਦੋਂ ਕੌਣ ਸੀ ਜਦੋਂ ਮੁਕਰੇ? ਉਦੋਂ ਕੌਣ ਸੀਗੇ ਸਰ ਇੱਥੇ ਐਮਡੀ? ਕੌਣ ਸੀ? ਉਹੀ ਸਨ ਬੰਦੇ, ਤਾਂ ਉਹੀ ਸਨ ਸਾਰੇ। ਕੌਣ, ਰਜਤ ਅਗਰਵਾਲ ਜੀ? ਆ ਰਜਤ ਅਗਰਵਾਲ ਜੀ ਸਨ। ਓਕੇ, ਠੀਕ ਹੈ। ਅੱਛਾ, ਫਿਰ ਮੁਕਰ ਗਏ ਅਸੀਂ। ਉਦੋਂ ਉਹ ਚੇਂਜ ਹੋ ਗਏ ਸੀ ਜਿਹੜੀ ਡਾਇਰੈਕਟਰ, ਸੋਰੀ ਸੈਕਟਰੀ ਇੰਡਸਟਰੀ ਵਿਨੀ ਮਹਾਜਨ ਆ ਗਈ ਸੀ। ਓਕੇ ਓਕੇ ਓਕੇ। ਅਲਟੀਮੇਟਲੀ ਕੀ ਹੋਇਆ, ਅਸੀਂ ਇਹਨਾਂ ਨੂੰ ਕਹਿੰਦੇ ਰਹੇ ਅਸੀਂ ਤਾਂ ਵੀ ਦੇਖੋ ਅਸੀਂ ਪੰਜਾਬ ਤੋਂ ਬਾਹਰ ਚੱਲੇ ਹਾਂ ਜੀ। ਇਹਨਾਂ ਨੇ ਕਦੀ ਮਾੜਾ ਮੋਟਾ ਫੋਨ ਸੁਣ ਲੈਂਦੇ ਸੀ, ਕਦੀ ਮਾੜਾ ਮੋਟਾ ਬੁਲਾ ਲੈਂਦੇ ਸੀ, ਪਰ ਇਹਨਾਂ ਨੇ ਕੋਈ ਸਾਨੂੰ ਨਾ ਕਰਕੇ ਨਹੀਂ ਦਿੱਤਾ ਕੰਮ ਜੀ। ਅਸੀਂ ਆਪਣੇ ਪਰੇਸ਼ਾਨ, ਅਸੀਂ ਸਾਡਾ ਜਿਹੜਾ ਜੁਆਇੰਟ ਵੈਂਚਰ ਪਾਰਟਨਰ ਸੀ ਜਿਹੜਾ ਫੋਰਨ ਇਨਵੈਸਟਮੈਂਟ ਆਣੀ ਸੀ, ਉਹ ਸਾਡਾ ਲੜਦਾ ਸੀ, ਰੋਜ਼ ਸਾਡੀ ਲੜਾਈ ਹੁੰਦੀ ਸੀ। ਉਹ ਕਹਿੰਦੇ ਸਾਹਿਬ ਵੀ ਇੰਡੀਅਨ ਬੰਦੇ ਹੀ ਚੰਗੇ ਨਹੀਂ ਹੈ, ਤੁਸੀਂ ਤਾਂ ਪਹਿਲੇ ਦਿਨ ਹੀ ਮੁਕਰਦੇ ਪਏ ਹੋ ਜੋ ਤੁਸੀਂ ਕਮਿਟ ਕੀਤਾ ਸੀ ਸਾਨੂੰ ਜੀ ਜੀ। ਐਨੀਵੇ ਫਿਰ ਅਸੀਂ ਕੁਛ ਨਹੀਂ, ਸਾਡੇ ਕੋਲ ਕੋਈ ਚਾਰਾ ਨਹੀਂ ਚੱਲਿਆ ਜੀ, ਅਸੀਂ ਲੈਂਡ ਵੇਚੋ, ਲੈਂਡ ਖਰੀਦ ਚੁੱਕੇ ਆ ਜੀ, ਪ੍ਰੋਜੈਕਟ ਬੰਦ ਕਰਤਾ ਜੀ, ਪ੍ਰੋਜੈਕਟ ਬੰਦ ਕੀਤਾ, ਲੈਂਡ ਵੇਚਣੀ ਸੀ ਜੀ, ਲੈਂਡ ਵੇਚਤੀ। ਓਕੇ ਸਰ, ਲੇਕਿਨ ਜਿਹੜੀ ਮੇਰੇ ਕੋਲ ਹਾਈ ਕੋਰਟ ਦੇ ਆਰਡਰ ਹੈ ਉਹ ਤਾਂ 12 ਅਪ੍ਰੈਲ 2019 ਦੀ ਹੈ, ਜਿਹੜਾ ਤੁਹਾਨੂੰ ਇਹ ਕੋਰਟ ਦੇ ਵਿੱਚ ਜਿਹੜਾ ਤੁਸੀਂ ਲਿਆ ਇਹਨਾਂ ਨੇ ਕੀਤਾ, ਜਿਹੜਾ PECL ਤੇ ਦੂਜਾ ESPL ਮਰਜ ਹੋਈ ਸੀ, ਤੁਸੀਂ ਆਪਸ਼ਨ ਚ ਲਈ ਸੀ ਨਾ ਇਹ ਸਰ? ਮੈਂ ਸਮਝਿਆ ਨਹੀਂ ਕੀ ਕਹਿ ਰਹੇ ਹੋ ਸਰ, ਤੁਸੀਂ ਆਪਸ਼ਨ ਦੇ ਵਿੱਚ ਲਈ ਸੀ ਨਾ ਸਰ ਇਹ? ਆਹੋ, ਹਾਂਜੀ ਹਾਂਜੀ ਹਾਂਜੀ। ਇਹਦਾ ਕੋਈ 12 ਅਪ੍ਰੈਲ 2019 ਦਾ ਕੋਈ ਆਰਡਰ ਹੈ ਜੀ, ਆਨਰੇਬਲ ਪੰਜਾਬ ਹਰਿਆਣਾ ਹਾਈ ਕੋਰਟ ਦਾ ਜੀ ਸਰ, ਉਹ ਤੁਹਾਨੂੰ ਪਤਾ ਹੋਣਾ ਹੈ ਜੀ, ਤੁਹਾਡੇ ਕੋਲ ਨੀ ਹੈਗੀ ਕਾਪੀ? ਇਹਦਾ ਆਰਡਰ ਹੈ, ਮੈਨੂੰ ਦੱਸੋ ਨਾ, ਮੇਰੇ ਕੋਲ ਤਾਂ ਸਾਰਾ ਕੁਝ ਹੋਏਗਾ, ਤੁਹਾਡੇ ਕੋਲ ਕਿਹੜਾ ਆਰਡਰ ਦੀ ਗੱਲ ਕਰਦੇ ਪਿਓ ਸਰ? ਇਹ ਹੈਗੀ ਹੈ ਜੀ ਤੁਹਾਡਾ CA 15-2019 NCP 94-2004 ਇਹ ਨੰਬਰ ਹੈ ਜਿਹੜਾ ਕੇਸ ਨੰਬਰ, ਹਾਂਜੀ। ਤੇ ਉਹਦੇ ਵਿੱਚ ਲਿਖਿਆ ਹੋਇਆ ਵੀ ਜਿਹੜੀ ਤੁਹਾਡੇ ਬਾਰੇ ਵੀ ਲਿਖਿਆ ਵੀ ਟਾਇਨੋਰ ਨੇ ਜਿਹੜਾ ਹੈਗਾ ਜੀ ਜਿਹੜੀ ਹਾਈਐਸਟ ਬਿਡ ਕੀਤੀ ਹੈ, ਹਾਈਐਸਟ ਬਿਡਰ ਟਾਇਨੋਰ ਆਰਥੋਟਿਕਸ ਪ੍ਰਾਈਵੇਟ ਲਿਮਿਟਿਡ ਸੀਗਾ,
ਇਹ ਜਿਹੜੀ ਸੇਲ ਹੈਗੀ ਹੈ 28 ਕਰੋੜ ਦੇ ਵਿੱਚ ਕਨਫਰਮ ਹੋਈ ਹੈ। ਹਾਂਜੀ 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 28 ਕਰੋੜ ਸੇਲ ਹੋਈ ਕਦੋਂ ਹੈ? ਉਹ ਤਾਂ ਹੋਈ 2017 ਚ। ਓਕੇ, ਤੁਹਾਡੇ ਕੋਲ ਜਿਹੜਾ ਆਰਡਰ ਹੈ ਉਹ ਮੇਰੀ ਸੇਲ ਦਾ ਆਰਡਰ ਥੋੜੀ ਹੈ। ਓਕੇ, ਤੁਹਾਡੇ ਕੋਲ ਤੇ ਕੋਈ ਜਨਰਲ ਆਰਡਰ ਹੈ ਕੋਈ ਹੋਰ। ਓਕੇ ਓਕੇ, 2017 ਚ ਹੋਈ ਹੈ ਸਰ। ਹਾਂਜੀ ਓਕੇ ਸਰ, ਇੱਥੇ ਲਿਖਿਆ ਟੂ ਕਟ ਮਗੀ ਦ ਆਫੀਸ਼ੀਅਲ ਲਿਕੁਇਡੇਟਰ ਹੈਸ ਸਕਸੈਸਫੁਲੀ ਆਕਸ਼ਨ ਦ ਪ੍ਰਾਪਰਟੀ ਟੂ ਦ ਹਾਈਐਸਟ ਬਿਡਰ ਦੈਟ ਇਜ਼ ਟਾਈਨੋਰ ਆਰਥੋਟਿਕਸ ਪ੍ਰਾਈਵੇਟ ਲਿਮਿਟਿਡ ਬ੍ਰੈਕਟ ਚ ਟਾਈਨੋਰ। ਦ ਸੇਲ ਹੈਜ਼ ਬੀਨ ਕਨਫਰਮਡ ਬਾਈ ਦਿਸ ਕੋਰਟ ਬਾਈ ਇਟਸ ਆਰਡਰ ਡੇਟਿਡ 31/8/2018। ਤੁਸੀਂ ਕਹਿ ਰਹੇ 2017 ਦੇ ਵਿੱਚ ਹੋਈ ਹੈ। ਦ ਟੋਟਲ ਸੇਲ ਕੰਸਿਡਰੇਸ਼ਨ ਇਜ਼ ਇਨ ਸਮ ਆਫ ਰੁਪੀਸ 28 ਕਰੋੜ 10 ਲੱਖ ਰੁਪਏ। ਧਿਆਨ ਨਾਲ ਸਮਝੋ ਜੀ, ਆਪਾਂ ਆਕਸ਼ਨ ਕਰਦੇ ਹਾਂ ਜੀ ਸਰ, ਉਸ ਤੋਂ ਬਾਅਦ ਇੱਕ ਲੰਬਾ ਪ੍ਰੋਸੈਸ ਹੈ ਆਕਸ਼ਨ ਤੋਂ ਇੱਕ ਕੰਮ ਜੀ ਸਰ, ਉਸ ਤੋਂ ਬਾਅਦ ਆਕਸ਼ਨ ਦੇ ਪ੍ਰੋਸੈਸ ਹੁੰਦਾ ਹੈ, ਫਿਰ ਉਸ ਤੋਂ ਬਾਅਦ ਪੇਮੈਂਟ ਹੁੰਦੀ ਹੈ ਜੀ ਸਰ, ਪੇਮੈਂਟ ਦੀਆਂ ਡੇਟਸ ਹੁੰਦੀਆਂ ਨੇ, ਫਿਰ ਲਾਸਟ ਤੇ ਜਦੋਂ ਤੁਸੀਂ ਸਾਰੀਆਂ ਪੇਮੈਂਟਾਂ ਕਰ ਦਿੰਦੇ ਹੋ ਫਿਰ ਤੁਹਾਡੀ ਜਿਹੜੀ ਸੇਲ ਕਨਫਰਮ ਹੁੰਦੀ ਹੈ ਜੀ ਸਰ। 2018 ਦੀ ਗੱਲ ਕਰਦੇ ਪਏ ਹੋ ਜਾਂ ਆਈ ਡੋਨਟ ਨੋ ਵਾਟ ਯੂ ਆਰ ਟਾਕਿੰਗ, ਉਹ ਮਿਤੀ ਆਕਸ਼ਨ ਮੰਨ ਲਓ ਜਨਵਰੀ 17 ਚ ਹੋਈ ਜੀ, ਤੁਸੀਂ ਗੱਲ ਕਰਦੇ ਪਏ ਹੋ ਜਦੋਂ ਲਾਸਟ ਪੇਮੈਂਟਾਂ ਹੋ ਗਈਆਂ ਸਾਰੀਆਂ, ਤੇ ਉਸ ਤੋਂ ਬਾਅਦ ਇੱਕ ਡੈਫੀਨੇਟਿਵ ਜਿਹੜਾ ਆਪਾਂ ਕਨਫਰਮ ਹੋ ਗਈ ਕਿ ਹਾਂ ਵੀ ਆਕਸ਼ਨ ਵੀ ਹੋ ਗਈ ਜੀ, ਹੋ ਗਈ ਮਤਲਬ ਪੇਮੈਂਟ ਵੀ ਹੋ ਗਈ ਪੂਰੀ ਜੀ, ਤੇ ਉਦੋਂ ਦੀ ਗੱਲ ਕਰ ਰਹੇ ਹੋ ਤੁਸੀਂ। ਹਾਂ ਸਰ, ਆਕਸ਼ਨ ਕਦੋਂ ਹੋਈ? 2017 ਚ। ਹਾਂ ਆਕਸ਼ਨ, ਤੇ ਫਾਈਨਲੀ ਮੇਰਾ ਸੀਗਾ ਤੁਸੀਂ ਲਿਆ ਕਦੋਂ ਹੈ? ਤੁਸੀਂ ਤਾਂ ਆਕਸ਼ਨ ਦੀ ਕਹਾਣੀ ਦੱਸੀ ਨਾ ਸਰ, ਮੈਂ ਪੁੱਛਿਆ ਤੁਸੀਂ ਇਹ ਪਲਾਟ ਕਦੋਂ ਲਿਆ ਸੀਗਾ? ਇਟ ਮੀਨਸ ਕਿ 2022 ਦਾ ਐਂਡ ਆਫ 2018 ਉਹ ਪਲਾਟ ਤੁਸੀਂ ਤੁਹਾਡੇ ਕੋਲ ਆਇਆ ਹੈ? ਨਹੀਂ, ਉਸ ਤੋਂ ਜਲਦੀ ਲਾ ਗਿਆ ਸੀ, 2017 ਸਪਟੰਬਰ ਚ ਆ ਗਿਆ ਹੋਣਾ। ਸਰ ਇੱਥੇ ਲਿਖਿਆ ਹੈ ਜੀ, ਸੀਨੀਅਰ ਕਾਉਂਸਲ ਮਿਸਟਰ ਸੁਨੀਲ ਚੱਡਾ ਸਬਮਿਟ ਦੈਟ ਦ ਟ੍ਰਾਂਸਫਰ ਫੀ ਹੈਜ਼ ਬੀਨ ਡਿਪੋਜ਼ਿਟ ਬਾਈ ਟਾਈਨੋਰ ਵਿਦ ਦ ਐਪਲੀਕੈਂਟ ਆਫ ਦੀ ਕਾਰਪੋਰੇਸ਼ਨ ਔਨ 2 ਆਫ 4। ਪੀਐਸਆਈਸੀ ਨੇ ਪੰਗਾ ਬੜਾ ਪਾਇਆ ਸੀ ਸਾਡੇ ਕੇਸ ਚ, ਸਾਡੇ ਕੇਸ ਦੇ ਵਿੱਚ ਪੀਐਸਆਈਸੀ ਨੇ ਸਾਰੇ ਕੇਸ ਕੀਤਾ ਸੀ ਜੀ ਜੀ, ਸਾਰੇ ਪੰਗਿਆਂ ਨੂੰ ਨਿਪਟਾ ਕੇ ਫਾਈਨਲੀ ਤੁਹਾਡੇ ਕੋਲ ਕਦੋਂ ਆਇਆ ਪਲਾਟ? ਮੈਂ ਇਹ ਪੁੱਛ ਰਿਹਾ ਸਰ। ਮੈਂ ਤੁਹਾਨੂੰ ਦੱਸਦਾ ਕੀ ਹੋਇਆ। ਹਾਂ ਮੈਂ ਤੁਹਾਨੂੰ ਦੱਸਦਾ, ਇਹਦੇ ਚ ਇੱਕ ਸਟੋਰੀ ਹੋਈ। ਹਾਂਜੀ, ਹੋਈ ਕਿ ਇਹਨਾਂ ਨੇ ਨਾ ਪੀਐਸਆਈਸੀ ਨੇ ਸਾਡੇ ਦੇ ਉੱਤੇ ਇੱਕ ਕਿਹਾ ਜੀ ਤੁਸੀਂ ਨਾ ਇਸ ਪਲਾਟ ਚ ਪੈਂਡਿੰਗ ਪੇਮੈਂਟ ਪਈ ਹੈ ਇੱਕ ਜੀ, ਅਸੀਂ ਕਿਹਾ ਵੀ ਅਸੀਂ ਕਦੀ ਦੇਣੀ ਹੈ, ਅਸੀਂ ਤਾਂ ਆਕਸ਼ਨ ਚ ਖਰੀਦਿਆ ਜੀ। ਆਕਸ਼ਨ ਦੇ ਵਿੱਚ ਸਾਡੀ ਪਹਿਲਾਂ ਲਿਖਿਆ ਸੀ ਵੀ ਜਿਹੜੇ ਪੁਰਾਣੇ ਸਾਰੀਆਂ ਲਾਇਬਿਲਟੀਆਂ ਉਹ ਤੁਹਾਡੀਆਂ ਨਹੀਂ ਹੋਣਗੀਆਂ ਜੀ, ਉਹ ਹਾਈ ਕੋਰਟ ਦੀਆਂ ਹੋਣਗੀਆਂ ਜੀ, ਰਾਈਟ ਜੀ। ਅਸੀਂ ਕਿਹਾ ਤੁਸੀਂ ਹੁਣ ਤੁਸੀਂ ਪੈਸੇ ਕਿਉਂ ਮੰਗਦੇ ਪਏ ਹੋ ਜੀ? ਉਹ ਕਹਿੰਦੇ ਜੀ ਇਹਦਾ 26 ਸਾਲ ਪਹਿਲਾਂ ਜੀ 5 ਲੱਖ ਰੁਪਏ ਦੀ ਜੀ ਉਹ ਆਈ ਸੀ ਐਨਹਾਂਸਮੈਂਟ ਜੀ, ਉਹ ਹੁਣ 26 ਸਾਲ ਬਾਅਦ 2.5 ਕਰੋੜ ਦੀ ਬਣ ਗਈ ਹੈ ਜੀ, ਤੇ ਪੀਐਸਆਈਸੀ ਤਾਂ ਟ੍ਰਾਂਸਫਰ ਨਹੀਂ ਕਰਦਾ ਤੁਹਾਡੇ ਨਾਮ ਤੇ ਜੀ, ਉਹ ਤਾਂ ਪੈਸੇ 2.5 ਕਰੋੜ ਦਿਓਗੇ ਤਾਂ। ਮੈਂ ਕਿਹਾ ਵੀ ਓਨਰ ਕੌਣ ਸੀ ਉਸ ਲੈਂਡ ਦਾ ਜੀ? ਕਹਿੰਦੇ ਜੀ ਸਰਕਾਰ ਜੀ, ਤੇ ਸਰਕਾਰ ਹੀ ਪੈਸੇ ਨਹੀਂ ਦਿੱਤੇ 5 ਲੱਖ ਰੁਪਇਆ ਜੀ, ਸਰਕਾਰ ਹੀ ਆਕਸ਼ਨ ਕਰਦੀ ਪਈ ਹੈ, ਸਾਡੇ ਤੋਂ ਕਦੇ ਲੈਂਦੇ ਹੋ ਤੁਸੀਂ? ਸਰਕਾਰ ਨੇ ਨਹੀਂ ਪੈਸੇ ਦਿੱਤੇ, ਸਰਕਾਰ ਦੀ ਤੁਹਾਡੀ ਕੰਪਨੀ ਸੀ ਪੀਐਸਆਈਡੀਸੀ ਜੀ, ਤੇ ਸਰਕਾਰ ਜੇ ਪੀਐਸਆਈਡੀਸੀ ਓਨ ਕਰਦੀ ਸੀ ਉਸ ਪਲਾਟ ਨੂੰ ਜੀ, ਤੇ ਸਰਕਾਰ ਉੱਥੇ ਚਲਾਇਆ ਤੁਸੀਂ ਯੂਨਿਟ ESPN ਜੀ, ਤੁਸੀਂ ਨਹੀਂ ਚਲਾਇਆ, ਬੰਦ ਹੋ ਗਿਆ, ਉਸ ਤੋਂ ਬਾਅਦ ਉਹ ਲਿਕੁਇਡੇਟ ਹੋ ਗਿਆ, ਉਹ ਲਿਕੁਇਡੇਟਰ ਕੋਲ ਚਲਾ ਗਿਆ ਜੀ, ਤੇ ਤੁਸੀਂ ਨਹੀਂ ਪੇਮੈਂਟ ਦਿੱਤੀ, ਤੇ ਲਿਕੁਇਡੇਟਰ ਦੇਖੇ ਤੇ ਲਿਕੁਇਡੇਟਰ ਸਾਨੂੰ ਲਿਖ ਕੇ ਦਿੱਤਾ ਹੋਇਆ ਭਾਈ ਪੁਰਾਣਾ ਕੋਈ ਤੁਹਾਡਾ ਲੈਣਾ ਦੇਣਾ ਨਹੀਂ ਹੈ ਜੀ। ਉਹ ਅਲਟੀਮੇਟਲੀ ਅਸੀਂ ਉਹਨੂੰ ਬੜਾ ਰਿਕੁਐਸਟ ਕੀਤਾ ਜੀ ਕਿ ਪੀਐਸਆਈਸੀ ਵਾਲੇ ਸੁਣਦੇ ਹੀ ਨਹੀਂ ਹੈਗੇ ਜੀ, ਅਸੀਂ ਬੜਾ ਲਿਖ ਲੁਖ ਕੇ ਦਿੱਤਾ ਭਾਈ, ਸਾਡੇ ਥੋੜੀ ਥੋੜੀ ਚਾਰਜ ਕਰ ਸਕਦੇ ਹੋ ਜੀ, ਤੁਹਾਡੀ ਸਰਕਾਰ ਦੀ ਗਲਤੀ ਹੈ, 5 ਲੱਖ ਤੁਸੀਂ ਕਿਉਂ ਨਹੀਂ ਪੇ ਕੀਤੇ ਅਨਾਉਂਸਮੈਂਟ ਉਦੋਂ ਜੀ? ਸਰ ਤੁਸੀਂ ਐਨਹਾਂਸਮੈਂਟ ਮਗੀ ਜਿਹੜੀ ਅਨ ਅਰਨਡ ਪ੍ਰੋਫਿਟ ਹੈਗਾ ਉਹਦੀ ਗੱਲ ਕਰ ਰਹੇ ਹੋ? ਨਹੀਂ ਜੀ, ਅਨ ਅਰਨਡ ਸਾਡੇ ਕੇਸ ਨਹੀਂ ਲੱਗਿਆ, ਨਹੀਂ ਲੱਗਿਆ, ਉਹ ਲੱਗਣਾ ਹੀ ਨਹੀਂ ਸੀ ਇਸ ਇਹਦੇ ਵਿੱਚ, ਨਹੀਂ ਲੱਗਦਾ। ਤੇ ਸਰ TDS? TDS ਦਾ ਪੇ ਕੀਤਾ ਹੋਏਗਾ ਸੀ ਸਰ, ਉਹ ਡਾਕੂਮੈਂਟ ਮਿਲ ਸਕਦਾ TDS ਦਾ? ਹੈ TDS ਦਾ ਡਾਕੂਮੈਂਟ ਜਿਹੜਾ ਤੁਸੀਂ ਪੇ ਕੀਤਾ ਇਸ ਪਲਾਟ ਦੇ ਅਗੇਂਸਟ? ਹਾਂ ਹਾਂ ਹੋਏਗਾ ਸਾਡੇ ਕੋਲ ਸਰ, ਉਹ ਵੀ ਭੇਜਣਾ ਜੀ, ਇੱਕ ਨਕਸ਼ਾ ਤੁਸੀਂ ਭੇਜਣਾ ਹੈ, ਤੇ ਇੱਕ ਜਿਹੜਾ ਵੀ ਰਿਟਰਨ ਦੇ ਵਿੱਚ ਇਹਨਾਂ ਨੇ ਤੁਹਾਨੂੰ ਦਿੱਤਾ ਨਹੀਂ ਪਰ ਜਿਹੜਾ ਇਹਨਾਂ ਨੇ ਪਹਿਲਾਂ। ਹਾਂਜੀ ਸਰ, ਮੈਨੂੰ ਭੇਜ ਦੀ WhatsApp ਕਰ ਦਿਓ ਸਰ। ਇੱਕ ਮਿੰਟ ਮੇਰੀ ਗੱਲ ਸੁਣੋ, ਮੈਂ ਇੱਕ ਮਿੰਟ, ਇਹ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੈ? ਸਰ ਨਹੀਂ, ਤੁਹਾਡਾ ਵਰਜ਼ਨ ਲੈਣਾ ਜੀ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਉਹਦਾ ਮਗੀ ਜਿਹੜੇ ਡਾਕੂਮੈਂਟ ਜਿਹੜੇ ਹੈਗੀਆਂ ਨੇ ਉਹ ਤੁਹਾਨੂੰ ਭਰਾ ਬਣ ਕੇ ਸਟੋਰੀ ਦੱਸਦਾ ਪਿਆ ਮੈਂ। ਹਾਂਜੀ ਹਾਂਜੀ ਸਰ, ਮੈਂ ਵੀ ਤੁਹਾਨੂੰ ਸਰ ਨਹੀਂ ਦੇ ਰਿਹਾ ਸਰ, ਮੈਂ ਤੁਹਾਡਾ ਵਰਜ਼ਨ ਸਰ ਸਰ ਬੇਨਤੀ ਸਰ ਬੇਨਤੀ ਸੁਣ ਲਓ, ਮੈਂ ਤੁਹਾਡਾ ਵਰਜ਼ਨ ਲੈਣ ਕੀਤਾ ਜਿਹੜੀਆਂ ਤੁਸੀਂ ਗੱਲਾਂ ਕਹਿ ਰਹੇ ਹੋ ਵੀ ਅਨਡਾਕੂਮੈਂਟਡ ਹੈਗੀ ਸਰ, ਮੇਰੀ ਬੇਨਤੀ ਪਲੀਜ਼ ਸੁਣ ਲਓ ਇੱਕ ਵਾਰ।
ਜੇ ਜਿਹੜੀਆਂ ਤੁਸੀਂ ਕਹਿ ਰਹੇ ਹੋ ਵੀ ਔਨ ਡਾਕੂਮੈਂਟਡ ਗੱਲਾਂ ਹੈਗੀਆਂ ਜਿਵੇਂ ਟੀਡੀਐਸ ਹੋ ਗਿਆ ਜਾਂ ਤੁਸੀਂ ਨਕਸ਼ੇ ਹੈਗੇ ਹੈ, ਮੈਂ ਤੁਹਾਡੀ ਗੱਲ ਤੇ ਵਿਸ਼ਵਾਸ ਕਰ ਰਿਹਾ ਪਰ ਡਾਕੂਮੈਂਟ ਤੁਸੀਂ ਦੋਗੇ ਨਾ ਸਰ, ਮੈਂ ਤਾਂ ਵਿਸ਼ਵਾਸ ਹੋਰ ਮੇਰਾ ਪੱਕਾ ਹੋਗਾ ਨਾ ਸਰ। ਤੁਹਾਡਾ ਨਾਮ ਕੀ ਹੈ ਪਹਿਲਾਂ ਦੱਸੋ? ਸਰ ਠਾਕੁਰ ਅਮਨਦੀਪ ਸਿੰਘ। ਠਾਕੁਰ ਅਮਨਦੀਪ ਸਿੰਘ ਜੀ, ਅਸੀਂ ਇੱਕ ਇੱਕ ਡਾਕੂਮੈਂਟ ਸਾਡੇ ਕੋਲ ਹੋਏਗਾ ਜਿਹਦੀ ਮੈਂ ਗੱਲ ਕਰਦਾ ਪਿਆ, ਠੀਕ ਹੈ? ਕਿਉਂ ਹੋਏਗਾ? ਉਹਦਾ ਰੀਜ਼ਨ ਹੈ ਵੀ ਆਰ ਆ large organization invested by private equity funds ji and joint venture company ji, to sade kol jehdi hundi na compliances ji o bali sir main tade naal ਤੁਹਾਡੀ ਗੱਲ ਤੇ ਮੈਂ ਵਿਸ਼ਵਾਸ ਕਰ ਗਿਆ ਜੀ। ਮੈਂ ਕਹਿ ਰਿਹਾ ਕਿ ਮੈਂ ਜਦੋਂ ਤੁਹਾਡਾ ਵਰਜ਼ਨ ਲਾਣਾ ਤੇ ਮੈਨੂੰ ਨਾਲ ਡਾਕੂਮੈਂਟ ਹੋਣਗੇ ਤਾਂ ਖਬਰ ਹੋਰ ਅਥੈਂਟਿਕ ਲੱਗਦੀ ਹੈ ਜੀ। ਜਸਟ ਬਿਲੀਵ ਮੀ, ਮੈਂ ਕੋਈ ਇਨਵੈਸਟੀਗੇਸ਼ਨ ਨਹੀਂ ਕਰਾ ਰਿਹਾ ਇੱਥੇ। ਸਰ ਇਨਵੈਸਟੀਗੇਸ਼ਨ ਮੇਰਾ ਸਰ 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 ਮੇਰੀ ਬੇਨਤੀ ਸੁਣੋ ਪਲੀਜ਼, ਤੁਸੀਂ ਮੇਰੀ ਗੱਲ ਨੂੰ ਪਹਿਲਾਂ ਬੇਨਤੀ ਸੁਣੋ। ਆਪ ਬੋਲੋ ਸਰ। ਤੇ ਦੇਖਣਾ ਡਾਕੂਮੈਂਟ ਦਿਖਾ ਦਿਆਂਗਾ ਮੈਂ ਜੀ, ਤੁਹਾਨੂੰ ਦੇਖਣਾ ਤਾਂ ਮੈਂ ਕੁਝ ਭੇਜ ਨਹੀਂ ਰਿਹਾ ਕਿਤੇ, ਸਮਝ ਗਏ? ਤੁਸੀਂ ਐਂ ਕਰੋ ਫਿਰ ਮੈਨੂੰ ਵੈਸੇ ਭੇਜ ਦਿਓ, ਮੈਂ ਖਬਰ 'ਚ ਨਹੀਂ ਲਾਂਦਾ। ਉਹ ਨਹੀਂ ਸਰ ਜੀ, ਨਹੀਂ, ਇਹ ਮੇਰੀ ਕਮਿਟਮੈਂਟ ਰਹੇਗੀ। ਨਹੀਂ ਜੀ ਨਹੀਂ, ਤੁਸੀਂ ਸੁਣੋ, ਮੈਂ ਤੁਹਾਨੂੰ ਇਨਵਾਈਟ ਕੀਤਾ, ਚਲੋ ਤੁਸੀਂ ਮੇਰੇ ਆਫਿਸ ਆਓ। ਮੈਂ ਅਗਲੇ ਸਰ ਮੈਂ ਅਗਲੇ ਸਵਾਲ ਤੇ ਆਂਦਾ, ਚਲੋ ਅਗਲੇ ਸਵਾਲ ਤੇ ਆਂਦਾ, ਤੁਸੀਂ ਡਾਕੂਮੈਂਟ ਨਹੀਂ ਦੇਣਾ, ਕੋਈ ਚੱਕਰ ਨਹੀਂ, ਉਹਨਾਂ ਤੇ ਗੱਲ ਸੁਣਨੀ ਤੁਹਾਡੀ, ਮੈਂ ਕਿਹਾ ਸੁਣਾ ਦਿੰਦੇ ਆ। ਹਾਂਜੀ ਹਾਂਜੀ, ਮੈਂ ਫਿਰ ਅਗਲਾ ਸਵਾਲ ਤੇ ਆ ਜਾਂਦਾ। ਸਵਾਲ ਤੁਸੀਂ ਕਹਿ ਰਹੇ ਹੋ ਜਿਹੜਾ 2016 ਦੇ ਵਿੱਚ ਤੁਸੀਂ ਪਲਾਟ ਬਾਰੇ ਸੋਚਿਆ ਨਾ, ਜਦੋਂ ਲੈਣਾ ਸੀ ਇਨਵੈਸਟਰਸ ਨੂੰ ਤੁਸੀਂ ਆਪਣੇ ਨਾਲ, ਅਲਟੀਮੇਟਲੀ ਅਸੀਂ ਹਾਈ ਕੋਰਟ ਗਏ ਦੁਬਾਰਾ। ਜੀ ਸਰ, ਅਸੀਂ ਹਾਈ ਕੋਰਟ ਕੇਸ ਕੀਤਾ ਪੀਐਸਆਈਸੀ ਨੂੰ ਜੀ, ਅਸੀਂ ਕਿਹਾ ਵੀ ਕਿੱਦਾਂ ਇਹ ਸਾਡੇ ਤੋਂ ਪੈਸੇ ਮੰਗਦੇ ਪਏ ਨੇ। ਜੀ ਜੀ, ਤਾਂ ਹਾਈ ਕੋਰਟ ਨੇ ਫਿਰ ਨਵਾਂ ਕੇਸ ਕੀਤਾ ਤੇ ਉਹਨਾਂ ਨੇ ਸਾਨੂੰ ਇਹ ਪੈਸੇ ਨਾ ਦੇਣ ਵਾਸਤੇ ਆਰਡਰ ਦਿੱਤੇ। ਓਕੇ, ਐਨਹਾਂਸਮੈਂਟ ਜਿਹੜੀ 26 ਸਾਲ ਪਹਿਲਾਂ ਪੀਐਸਆਈਡੀਸੀ ਨੇ ਸਰਕਾਰ ਨੂੰ ਨਹੀਂ ਦਿੱਤੀ ਸੀ। ਠੀਕ ਹੈ ਸਰ, ਠੀਕ ਹੈ। ਅੱਛਾ ਸਰ, ਮੈਂ ਹੁਣ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਦੱਸਿਆ ਵੀ ਜਿਹੜਾ ਇਹ ਪਲਾਟ ਸੀਗਾ ਪੀਐਸਆਈਡੀਸੀ ਦਾ ਪਲਾਟ ਸੀ, ਹੈ ਨਾ? ਇਹ ਪੀਐਸਆਈਡੀਸੀ ਦਾ ਨਹੀਂ ਸੀ, ਈਐਸਪੀਐਨ ਦਾ ਪਲਾਟ ਸੀ। ਹਾਂ ਸਰ, ਉਹ ਤਾਂ ਫਿਰ ਤੁਹਾਨੂੰ ਪਤਾ ਹੋਏਗਾ ਪੁਰਾਣੇ ਦੇ ਵਿੱਚ ਜਿਹੜੇ ਪੀਐਸਯੂਜ਼ ਹੁੰਦੇ ਸੀ ਉਹ ਯੂਨਿਟ ਚਲਾਉਂਦੇ ਸੀ। ਸਰ ਜਿਹੜੀ ਈਐਸਪੀਐਲ ਸੀਗੀ ਨਾਲੇ ਪੀਈਸੀਐਲ ਸੀ, ਦੇ ਬੋਥ ਵਰ ਹੋਲੀ ਔਨ ਸਬਸਿਡਰੀਜ਼ ਆਫ ਸਰ ਸਰ ਮੇਰੀ ਬੇਨਤੀ ਸੁਣੋ, ਪੀਐਸਆਈਈਸੀ ਦਾ ਪਲਾਟ ਹੈ, ਪੀਐਸਆਈ ਪੀਐਸਆਈਈਸੀ ਦਾ। ਓਕੇ, ਠੀਕ ਹੈ, ਇਹ ਐਕਸਪੋਰਟ ਕਾਰਪੋਰੇਸ਼ਨ ਦਾ ਪਲਾਟ ਹੈ। ਓਕੇ ਸਰ, ਕਲੀਅਰ ਹੈ? ਹਾਂਜੀ। ਪੀਐਸਪੀਐਨ ਦਾ ਓਨਰ ਸੀ ਨਾ ਜੀ ਸਰ, ਉਹ ਹੈਗਾ ਸੀ ਪੀਐਸਆਈਡੀਸੀ, ਸਮਝ ਗਏ? ਜਿਹੜਾ 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 ਪੀਈਸੀਐਲ ਦਾ ਓਨਰ ਸੀਗਾ, ਜਿਹੜਾ ਈਐਸਪੀਐਨ ਕੰਪਨੀ ਸੀ ਨਾ, ਉਹ ਸਰਕਾਰੀ ਕੰਪਨੀ। ਹਾਂਜੀ ਹਾਂਜੀ ਹਾਂਜੀ, ਉਹਦਾ ਓਨਰ ਸੀਗਾ ਪੀਐਸਆਈਡੀਸੀ ਸੀ ਨਾ, ਪੀਐਸਯੂਜ਼ ਹੁੰਦੀਆਂ ਸਨ ਜਿਹੜੀਆਂ ਉਸ ਟਾਈਮ ਤੇ, ਜੀ ਪੀਐਸਆਈਡੀਸੀ ਚਲਾਉਂਦਾ ਸੀ। ਠੀਕ ਹੈ, ਕਲੀਅਰ ਹੋ ਗਿਆ, ਠੀਕ ਹੈ, ਠੀਕ ਹੈ। ਮਤਲਬ ਇਹ ਪਲਾਟ ਪੀਐਸਆਈਸੀ ਦਾ ਸੀ। ਹਾਂ, ਮਤਲਬ ਇਹ ਪਲਾਟ ਸੀਗਾ ਪੀਐਸਆਈਈਸੀ ਦਾ, ਕਰੈਕਟ? ਓਕੇ ਓਕੇ ਸਰ। ਸਰ ਜਿਹੜਾ ਇਹ ਪਲਾਟ ਸੀਗਾ ਪੀਐਸਆਈਈਸੀ ਦਾ, ਏ 28 ਤੇ ਬੀ 74 ਵੀ ਪੀਐਸਆਈਈਸੀ ਦਾ ਹੀ ਹੈ ਮੇਰੇ ਖਿਆਲ ਚ। ਪਹਿਲਾਂ ਆਪਾਂ ਏ 28 ਦੀ ਗੱਲ ਕਰੀਏ, ਚਲੋ ਏ 28 ਤੇ ਆ ਜਾਓ ਸਰ। ਇਹ ਜਿਹੜਾ 28 ਹੈਗਾ, ਤੁਸੀਂ ਪੀਐਸਆਈਈਸੀ ਤੋਂ ਰਿਟਰਨ ਦੇ ਵਿੱਚ ਬਾਇਫਰਕੇਸ਼ਨ ਦੀ ਪਰਮਿਸ਼ਨ ਲਈ ਹੋਈ ਹੈ, ਮਿਲੀ ਹੋਈ ਤੁਹਾਨੂੰ ਬਾਇਫਰਕੇਸ਼ਨ ਦੀ ਪਰਮਿਸ਼ਨ? ਸਾਨੂੰ ਮਿਲੀ ਹੋਈ ਹੈ, ਅਸੀਂ ਫੀਸ ਵੀ ਪੇ ਕੀਤੀ ਹੋਈ ਹੈ। ਪਾਲਿਸੀ ਦੇ ਮੁਤਾਬਿਕ 3 ਸਾਲ ਚ ਪ੍ਰੋਡਕਸ਼ਨ ਦਿਖਾਣੀ ਹੁੰਦੀ ਹੈ। ਹਾਂਜੀ, ਤੇ ਤੁਸੀਂ ਬਿਨਾਂ ਪ੍ਰੋਡਕਸ਼ਨ ਦਿਖਾਏ ਤੁਸੀਂ ਤਾਂ ਪ੍ਰੋਪਰਟੀ ਡੀਲਿੰਗ ਵਾਲਾ ਕੰਮ ਕੀਤਾ, ਜਸਦੀਪ ਸਿੰਘ ਜੀ ਦੀ ਤਰ੍ਹਾਂ ਵੀ ਉਹ ਕੱਟ ਕੇ ਵੇਚਤਾ, ਤੇ ਤੁਸੀਂ ਪ੍ਰੋਡਕਸ਼ਨ ਨਹੀਂ ਦਿਖਾਈ ਤੁਸੀਂ? ਇਹ ਕਿਤੇ ਪਾਲਿਸੀ ਚ ਤੁਹਾਡੀ ਜਿਹੜੀ ਤੁਸੀਂ ਲਈ ਸੀ ਜਦੋਂ ਲਿਆ ਹੈ ਉਦੋਂ ਇਹ ਲਿਖਿਆ ਹੋਇਆ ਸੀਗਾ ਵੀ ਤੁਸੀਂ ਬਾਇਫਰਕੇਟ ਕਰਕੇ ਤੁਸੀਂ ਐਜ਼ ਏ ਪ੍ਰੋਪਰਟੀ ਡੀਲਰ ਇਸ ਨੂੰ ਵੇਚ ਕੇ ਕਰੋੜਾਂ ਦਾ ਮੁਨਾਫਾ ਲਓ? ਇਹ ਕਿਤੇ ਰਿਟਰਨ ਸੀਗਾ? ਜੀ ਸਰ, ਤਾਂ ਸਰਕਾਰ ਨੂੰ ਤਰਲੇ ਲਿੱਤੇ ਜੀ ਸਰ, ਬੈਠ ਕੇ ਕਿ ਭਾਈ ਅਸੀਂ ਯੂਨਿਟ ਲਾਣਾ ਹੈ, ਅਸੀਂ 1000 ਬੰਦਿਆਂ ਦੇ ਉਹ ਕਰਦੇ ਪਿਆ ਜੀ, ਅਸੀਂ ਆਪਣਾ ਨੁਕਸਾਨ ਕਰਾਇਆ ਇੰਨਾ ਜ਼ਿਆਦਾ ਜੀ, ਕਿਉਂਕਿ ਸਾਡਾ ਤਾਂ ਯੂਨਿਟ ਹੀ ਨਹੀਂ ਲੱਗਿਆ, ਤੇ ਅਸੀਂ ਯੂਨਿਟ ਦੇ ਨਕਸ਼ਾ ਤਿਆਰ ਕਰਕੇ ਕੈਫ ਐਪਲੀਕੇਸ਼ਨ ਪਾ ਕੇ ਸਾਰਾ ਕੁਝ ਕਰ ਚੁੱਕੇ ਹੋਏ ਆ ਜੀ। ਸਰਕਾਰ ਨੇ, ਤੁਹਾਨੂੰ ਪਤਾ ਹੋਏਗਾ, 1.5% ਦੀ ਪਾਲਿਸੀ ਸੀ ਜੀ, ਤਾਂ ਸਰਕਾਰ ਨੇ ਲਿਖ ਕੇ ਵਾਪਸ ਲੈ ਲਈ। ਦੂਜਾ ਇੱਕ ਬਹੁਤ ਵੱਡਾ ਇਸ਼ੂ ਹੈ, ਤੁਹਾਨੂੰ ਪਤਾ ਹੈ ਕੀ ਵੱਡਾ ਇਸ਼ੂ ਹੈ? ਆਪਣੇ ਈਸੀਐਸ ਨੋਰਮਸ ਗਲਤ ਸੀ, ਜਿਹਦੇ ਕਰਕੇ ਯੂਨਿਟ ਲੱਗ ਨਹੀਂ ਸਕਦਾ ਸੀ। ਚਲੋ, ਨੋਰਮਸ ਗਲਤ ਸੀ ਮਤਲਬ ਕਿਤੇ ਸਰਕਾਰ ਦੇ ਐਂਡ ਤੋਂ ਗਲਤ ਸੀ ਜਾਂ ਕਿਵੇਂ? ਸਰਕਾਰ ਦੇ ਐਂਡ ਤੋਂ ਗਲਤ ਸੀ। ਈਸੀਐਸ ਨੋਰਮ ਸਮਝਦੇ ਕੀ ਹੁੰਦਾ? ਨਹੀਂ ਸਰ, ਦੱਸੋ ਸਰ। ਸਪੇਸ ਜੀ, ਇਕੁਇਵਲੈਂਟ ਕਾਰ ਸਪੇਸ ਕੀ ਮੰਗਦੀ ਹੈ? ਵੀ ਜੇ ਮੰਨ ਲਓ ਤੁਸੀਂ ਇੱਕ 2 ਲੱਖ ਸਕੁਆਇਰ ਫੀਟ ਦੀ ਬਿਲਡਿੰਗ ਬਣਾ ਰਹੇ ਹੋ ਜੀ ਸਰ, ਉਹਦੇ ਵਿੱਚ ਤੁਹਾਨੂੰ ਇੰਨੀ ਜਗ੍ਹਾ ਛੱਡਣੀ ਪਏਗੀ ਕਾਰ ਸਪੇਸ ਕਹਿ ਕੇ ਜੀ ਸਰ। ਤਾਂ ਅਸੀਂ ਕਿਹਾ ਵੀ ਜੇ ਅਸੀਂ ਮੰਨ ਲਓ 4 ਸਟੋਰੀ 5 ਸਟੋਰੀ ਬਿਲਡਿੰਗ ਬਣਾ ਰਹੇ ਹਾਂ ਜੀ ਸਰ,
ਤਾਂ ਤੁਹਾਡੇ ECS ਨੋਰਮਸ ਇਹ ਕਹਿੰਦੇ ਆ ਵੀ ਚਾਰ ਪੰਜ ਸਟੋਰੀਆਂ ਚੋਂ ਦੋ ਸਟੋਰੀਜ਼ ਤੁਹਾਨੂੰ ਕਾਰ ਪਾਰਕਿੰਗ ਲਈ ਛੱਡਣੀ ਹੋਏਗੀ ਜੀ। ਫਿਰ ਸਾਡੇ ਤੇ ਇੰਨੀਆਂ ਕਾਰਾਂ ਆਣੀਆਂ ਹੀ ਨਹੀਂ। ਤਾਂ ਕਾਰ ਪਾਰਕਿੰਗ ਪਾਲਿਸੀ ਪੂਰੇ ਇੰਡੀਆ ਦੀ 0.4 ਮੰਗਦੀ ਹੈ ਤੇ ਪੰਜਾਬ ਨੇ ਬਣਾਈ ਸੀ 2, ਜਿਹਦੇ ਕਰਕੇ ਕੋਈ ਯੂਨਿਟ ਨਹੀਂ ਲੱਗ ਸਕਦਾ। ਸਰ ਜੇ ਤੁਹਾਨੂੰ ਪਤਾ ਸੀ ਨਹੀਂ ਲੱਗ ਸਕਦਾ, ਤੁਸੀਂ ਫਿਰ ਖਰੀਦੇ ਕਿਉਂ ਸਰ? ਭਾਜੀ ਜਦੋਂ ਖਰੀਦ ਲੈਂਦਾ ਨਾ ਉਦੋਂ ਪਾਲਿਸੀਆਂ ਸਮਝ ਆਉਂਦੀਆਂ, ਜਦੋਂ ਪਾਸ ਕਰਾਉਣ ਜਾਂਦੇ ਜਦੋਂ ਫੇਲ ਹੋ ਜਾਂਦਾ ਅੱਗੋਂ ਬੰਦਾ। ਸਰ ਸਰ ਤੁਸੀਂ ਪਹਿਲਾਂ ਕਿਹਾ ਵੀ ਜਦੋਂ ਵਰਬਲੀ ਤੁਹਾਨੂੰ ਭਰੋਸਾ ਦਿੰਦੇ ਰਹੇ ਵੀ ਅਸੀਂ ਤੁਹਾਨੂੰ ਇਹ ਬੈਨੀਫਿਟ ਦੇਵਾਂਗੇ, ਪਾਲਿਸੀ ਦੀ ਨਹੀਂ ਗੱਲ ਹੈਗੀ, ਤੁਸੀਂ ਸਮਝੋ ਪਹਿਲਾਂ ਗੱਲ। ਸਰ ਮੇਰੀ ਬੇਨਤੀ ਤਾਂ ਸੁਣ ਲਓ, ਮੈਂ ਇਹ ਕਹਿ ਰਿਹਾ ਵੀ ਜਦੋਂ ਤੁਹਾਨੂੰ ਇਹ ਯਾਨੀ ਕਿ ਡਿਪਾਰਟਮੈਂਟ ਵਾਲੇ ਵਰਬਲੀ ਕਮਿਟਮੈਂਟ ਕਹਿ ਲਓ ਜਾਂ ਗੱਲਾਂ ਕਹਿੰਦੇ ਰਹੇ ਵੀ ਤੁਹਾਨੂੰ ਬੈਨੀਫਿਟ ਦੇਵਾਂਗੇ, ਉਦੋਂ ਤੁਸੀਂ ਰਿਟਰਨ ਚ ਮੰਗਦੇ ਰਹੇ, ਜਿਹੜੀਆਂ ਚੀਜ਼ਾਂ ਆਲਰੇਡੀ ਪਾਲਿਸੀ ਰਿਟਰਨ ਦੇ ਵਿੱਚ ਸੀਗੀਆਂ ਤੁਸੀਂ ਉਹ ਪੜ੍ਹੀਆਂ ਹੀ ਨਹੀਂ। ਨਹੀਂ ਤੁਸੀਂ ਸਮਝ ਨਹੀਂ ਰਹੇ ਇਹਦਾ ਮਤਲਬ। ਜੀ ਸਰ। ਭਾਜੀ ਏਦਾਂ ਹੈ ਕਿ ਜਦੋਂ ਤੁਸੀਂ ਯੂਨਿਟ ਲਗਾਉਂਦੇ ਹੋ ਨਾ ਜੀ ਸਰ, ਸਰਕਾਰ ਸਿਰਫ ਤੁਹਾਨੂੰ ਬੈਨੀਫਿਟਸ ਦਾ ਡਾਕੂਮੈਂਟ ਦਿੰਦੀ ਹੈ ਜੀ। ਕਲੀਅਰੈਂਸਿਸ ਕਿਹੜੀਆਂ ਕਿਹੜੀਆਂ ਲੈਣੀਆਂ ਪੈਣਗੀਆਂ, 136 ਕਲੀਅਰੈਂਸਿਸ ਨੇ ਜੀ। ਜੇ ਤੁਸੀਂ ਯੂਨਿਟ ਕਦੀ ਲਾਇਆ ਹੋਵੇ ਤੇ ਤੁਹਾਨੂੰ ਪਤਾ ਹੋਏਗਾ ਸਰ ਸਰ ਕਿੰਨੀਆਂ ਨੇ। ਤੁਸੀਂ ਮੰਨ ਕਹਿ ਰਹੇ ਹੋ, ਤੁਸੀਂ ਮੰਨ ਕਹਿ ਰਹੇ ਜੇ ਜੇ ਮੈਂ ਕਹਦੇ ਉਹ ਲਾਇਆ ਹੋਵੇ ਪਲਾਂਟ ਲਾਇਆ ਹੋਵੇ, ਸੁਣੋ ਤਾਂ ਸਹੀ, ਤੁਸੀਂ ਲਾਣ ਵਾਸਤੇ ਲਿਆ ਤੁਸੀਂ ਕਹਿੰਦੇ ਨਹੀਂ ਕਿੰਨਾ ਲਾਣਾ ਦਾ ਉਹ ਮੈਂ ਸੁਣੋ ਲੋ ਮੇਰੀ ਗੱਲ ਜੀ ਸਰ। ਜਦੋਂ ਤੁਹਾਨੂੰ ਇਹ ਦੋ ਅੱਡ ਅੱਡ ਚੀਜ਼ਾਂ ਨੇ ਜੀ ਸਰ ਲੈਣੀਆਂ ਸਾਰੀਆਂ ਤੇ ਤਾਂ ਯੂਨਿਟ ਲੱਗਦੇ ਨੇ ਜੀ। ਕਲੀਅਰੈਂਸਿਸ ਅੱਡ ਗੱਲ ਹੈ, ਬੈਨੀਫਿਟਸ ਅੱਡ ਗੱਲ ਹੈ ਜੀ। ਜਿਹੜਾ ਡਿਪਾਰਟਮੈਂਟ ਹੁੰਦਾ ਹੈ ਉਹ ਬੈਨੀਫਿਟਸ ਦੇ ਲਈ ਐਗਰੀ ਡਿਸਐਗਰੀ ਕਰਦਾ ਹੈ ਯੂਨਿਟ ਦੇ ਨਾਲ, ਜਦੋਂ ਯੂਨਿਟ ਵੱਡਾ ਯੂਨਿਟ ਲਾਣਾ ਹੁੰਦਾ ਹੈ ਜੀ, 100 ਕਰੋੜ ਦਾ ਯੂਨਿਟ ਲਾਣਾ ਹੈ, ਵੱਡਾ ਯੂਨਿਟ ਲਾਣਾ ਹੈ, ਤਾਂ ਦੇਰ ਇਜ਼ ਅ ਪਾਲਿਸੀ ਆਫ ਇੰਡਸਟਰੀਅਲ ਪਾਲਿਸੀ ਜਿਹਨੂੰ ਕਹਿੰਦੇ ਆ ਆਪਾਂ ਜੀ, ਉਹਦੇ ਵਿੱਚ ਬੈਨੀਫਿਟ ਦਿੱਤੇ ਹੁੰਦੇ ਨੇ ਜੀ। ਲੇਕਿਨ ਤੁਹਾਨੂੰ ਪਾਲਿਸੀ ਦਾ ਪਾਰਟ ਨਹੀਂ ਹੈਗੀਆਂ ਜੀ, ਸੁਣੋ ਪਹਿਲਾਂ ਗੱਲ ਜੀ। ਤੇ ਜਦੋਂ ਤੁਸੀਂ ਸਾਰਾ ਕੁਝ ਕਰਨ ਲੱਗ ਪੈਂਦੇ ਹੋ, ਐਕਚੁਅਲ ਕਰਨ ਲੱਗ ਪੈਂਦੇ ਹੋ, ਤਾਂ ਤੁਹਾਨੂੰ ਇੱਕ ਇੱਕ ਡਿਪਾਰਟਮੈਂਟ ਤੋਂ ਕਲੀਅਰੈਂਸ ਲੈਣੀ ਪੈਂਦੀ ਹੈ। ਜਦੋਂ ਤੁਸੀਂ ਨਕਸ਼ਾ ਸਬਮਿਟ ਕਰਦੇ ਹੋ ਤਾਂ ਦੇ ਵਿੱਚ ਉਹਨਾਂ ਨੇ ਦੋ ECS ਲਿਖਾਈ ਹੋਈ ਸੀ ਜੀ, ਦੋ ECS ਦੇ ਉੱਤੇ ਕੋਈ ਵੀ ਯੂਨਿਟ ਲਾਣਾ ਪ੍ਰੈਕਟੀਕਲ ਨਹੀਂ, ਇਹ ਨਹੀਂ ਕਿ ਇਸ ਯੂਨਿਟ ਲਾਣਾ ਪ੍ਰੈਕਟੀਕਲ ਨਹੀਂ ਹੈ ਜੀ। ਸਰ ਇਹ ਤੁਹਾਡੇ ਜਦੋਂ ਤੁਸੀਂ ਲਿਆ ਪਲਾਟ ਉਸ ਤੋਂ ਬਾਅਦ ਹੀ ਦਿਖਾਈ ਕਿ ਪਹਿਲਾਂ ਵੀ ਦਿਖਾਈ ਹੋਈ ਸੀ ਉਹਨਾਂ ਨੇ? ਹੈ ਜਦੋਂ ਤੁਸੀਂ ਪਲਾਟ ਲਿਆ, ਜਿਹੜੀ ਤੁਸੀਂ ਕਹ ਰਹੇ ਦੋ ECS ਦਿਖਾਈ ਹੋਈ ਸੀ, ਦਿਖਾਈ ਤੁਸੀਂ ਸੁਣੋ ਹਾਂਜੀ, ਦੋ ECS ਕਿਸੇ ਡਿਪਾਰਟਮੈਂਟ ਦੀ ਕਲੀਅਰੈਂਸ ਦੇ ਵਿੱਚ ਲਿਖੀ ਹੋਈ ਸੀ ਵੀ ਦੋ ECS ਹੈਗੀ ਸਾਡੇ ਨਾਮ, ਤੁਸੀਂ ਨਾਮ ਥੋੜੀ ਪੜ੍ਹਦੇ ਹੋ ਇੱਕ ਇੱਕ ਡਿਪਾਰਟਮੈਂਟ ਦੇ, ਦੇਰ ਆਰ 136 ਡਿਪਾਰਟਮੈਂਟਾਂ ਦੀ ਕਲੀਅਰੈਂਸ ਹੈਗੀ ਹੈ। ਓਕੇ, ਆਪਾਂ EODB ਕਹਿੰਦੇ ਹਾਂ, ਤੁਸੀਂ ਪੜ੍ਹਦੇ ਨਹੀਂ ਹੈਗੇ ਯੂਨਿਟ ਲਾਣ ਤੋਂ, ਜਦੋਂ ਐਕਚੁਅਲ ਕਰਨ ਜਾਂਦੇ ਹੋ ਨਾ ਫਿਰ ਉਦੋਂ ਤੁਹਾਨੂੰ ਸਮਝ ਆਉਂਦੀ ਵੀ ਇੱਥੇ ਉਹ ਇੱਥੇ ਸਰ। ਜਦੋਂ ਜਦੋਂ ਤੁਸੀਂ 2074 ਲਿਆ ਸੀ ਉਦੋਂ ਵੀ ਸੇਮ ਪ੍ਰੋਸੀਜਰ ਸੀਗਾ, ਸੇਮ ECS 136 ਜਗ੍ਹਾ ਤੋਂ ਲੈਣੀਆਂ ਸੀਗੀਆਂ ਪਰਮਿਸ਼ਨਸ, ਉਹ ਵੀ ਸੇਮ ਹੋਣਾ ਨਾ ਸਰ, ਪ੍ਰੋਸੈਸ ਸੇਮ ਹੀ ਹੋਣਾ ਸਰ? ਹਾਂ ਸੇਮ ਹੀ ਹੋਏਗਾ, ਸੇਮ ਹੋਣਾ ਨਾ। ਜੇ ਤੁਸੀਂ 2074 ਚ ਪੰਗਾ ਲੈ ਲਿਆ ਸੀਗਾ ਉੱਥੇ ਵੀ ਤੁਸੀਂ ਪ੍ਰੋਡਕਸ਼ਨ ਨਹੀਂ ਕੀਤੀ, ਫਿਰ ਤੁਸੀਂ 28 ਚ ਪੰਗਾ ਕਿਉਂ ਲਿਆ ਦੁਬਾਰਾ? ਜੇ ਤੁਹਾਨੂੰ ਪਤਾ ਸੀਗਾ ਇਹ ਇੰਨੀ ਅੜਚਣਾ ਆਉਂਦੀਆਂ ਨੇ ਤੇ ਤੁਸੀਂ ਪੰਗਾ ਫਿਰ ਦੁਬਾਰਾ ਉਹ ਕਿਉਂ ਲਿਆ ਸਰ? ਅਸੀਂ ਪਤਾ ਕਿੰਨੇ ਯੂਨਿਟ ਲਾਏ ਹੋਏ ਨੇ ਇਸ ਟਾਈਮ? ਨਹੀਂ ਮੈਂ 2074 ਤੇ 28 ਦੀ ਗੱਲ ਕਰ ਰਿਹਾ ਸਰ, ਇਹ ਐਸੇ ਪਲਾਟ ਹੈ ਜਿਹੜੇ ਲੈ ਕੇ ਉੱਥੇ ਉੱਥੇ ਮੈਨੂਫੈਕਚਰਿੰਗ ਨਹੀਂ ਹੋਈ ਸਰ। ਹਾਂ ਹਾਂ ਸੁਣੋ ਨਾ ਜੀ ਸਰ, ਅਸੀਂ ਯੂਨਿਟ ਲਾਏ ਨੇ ਮੁਹਾਲੀ ਦੇ ਵਿੱਚ ਕਾਫੀ ਸਾਰੇ। ਸਰ ਮੈਂ 2074 ਤੇ 28 ਦੀ ਗੱਲ ਕਰ ਰਿਹਾ, ਉਹ ਪਲਾਟ ਲੈ ਗਏ ਤੇ ਅੱਗੇ ਵੇਚ ਦਿੱਤੇ ਗਏ ਬਾਇਫਰਕੇਟ ਕਰਕੇ। ਦੋ ਗੱਲ ਮੈਂ ਤੁਹਾਨੂੰ ਦੱਸਦਾ ਪਿਆ ਜੀ ਸਰ, ਸਾਰਾ ਗਿਆਨ ਹੈਗਾ ਇਹਨਾਂ ਗੱਲਾਂ ਦਾ ਜੀ। ਆਈ ਹੈ ECS ਨੋਰਮਸ, ਨਵੀਂ ਚੀਜ਼ ਬਣੀ ਸੀ ਜੀ, ਤੇ ECS ਨੋਰਮਸ ਕਿਸੇ ਨੂੰ ਵੀ ਇਲਮ ਨਹੀਂ ਸੀ ਵੀ ਇਹਨਾਂ ਨੇ ਗਲਤ ਬਣਾ ਕੇ ਸਰਕਾਰ ਨੇ ਜੀ, ਇਹਦੇ ਕਰਕੇ ਜਦੋਂ ECS ਨੋਰਮਸ ਆਏ ਉਸ ਤੋਂ ਬਾਅਦ ਯੂਨਿਟ ਪ੍ਰੈਕਟੀਕਲੀ ਨਹੀਂ ਲੱਗ ਸਕਦੇ ਸਰ। ਸਰ ECS ਨੋਰਮਸ, ECS ਨੋਰਮਸ ਕਦੋਂ ਆਏ ਸੀ ਸਰ? 2074 ਲੈਣ ਤੋਂ ਪਹਿਲਾਂ ਆ ਚੁੱਕੇ ਸੀਗੇ, ਉਹਦੇ ਉਸ ਤੋਂ ਬਾਅਦ ਆਏ ਨੇ? ਮੈਨੂੰ ਅੰਦਾਜ਼ਾ ਨਹੀਂ ਕਦੋਂ ਆਏ, ਪਰ ਜਦੋਂ ਅਸੀਂ ਦੇਖੇ ਤੇ ECS ਨੋਰਮਸ ਦੇ ਮੁਤਾਬਕ ਤੁਸੀਂ ਨੋਰਮਸ ਦੀ ਕਾਪੀ ਪਈ ਤੁਹਾਡੇ ਕੋਲ? ਹਾਂ ਪਈ ਹੋਏਗੀ ਸ਼ਾਇਦ। ਓਕੇ, ਉਹ ਭੇਜ ਸਕਦੇ ਮੈਨੂੰ? ਭਾਜੀ ਮੈਂ ਫਿਰ ਕਿਹਾ ਵੇ ਮੈਂ ਕੁਝ ਨਹੀਂ ਭੇਜ ਰਿਹਾ ਤੁਹਾਨੂੰ। ਅੱਛਾ ਨਹੀਂ ਭੇਜਣਾ, ਚਲੋ ਠੀਕ ਹੈ, ਮੈਂ ਅਗਲੇ ਸਵਾਲ ਤੇ ਆਂਦਾ, ਕੋਈ ਚੱਕਰ ਨਹੀਂ। ਸਰ ਮੇਰੀ ਇੱਕ ਬੇਨਤੀ ਇਹ ਹੈਗੀ ਹੈ ਕਿ ਜਦੋਂ ਤੁਸੀਂ ਇਹ ਪਲਾਟ ਲਿਆ, ਤੁਸੀਂ ਸਰ ਮੇਰੀ ਤਾਂ ਸੁਣ ਲਓ ਸਰ, ਮੇਰੀ ਬੇਨਤੀ ਸੁਣ ਲਓ ਸਰ, 22 ਮਿੰਟਾਂ ਦੇ ਵਿੱਚ ਸ਼ਾਇਦ ਮੈਂ 2-2.5 ਮਿੰਟ ਬੋਲਿਆ ਹੋਣਾ, ਬਾਕੀ ਤੁਹਾਡੀ ਗੱਲ ਹੈ ਸਾਰੀ। ਨਾਮ ਸੁਣ ਲਓ ਪਹਿਲਾਂ, ਮੈਨੂੰ ਪੂਰਾ ਕਰ ਲੈਂਦੋ ECS ਨੋਰਮ ਨੂੰ। ਬੋਲੋ ਸਰ। ਜਦੋਂ ਅਸੀਂ ਸਰਕਾਰ ਕੋਲ ਗਏ ਨਾ ਵੀ ਤੁਸੀਂ ਇਹ ECS ਨੋਰਮ ਠੀਕ ਕਰੋ ਜੀ, ਤਾਂ ਸਰਕਾਰ ਨੇ ਅਨਾਊਂਸ ਕੀਤਾ ISB ਦੇ ਵਿੱਚ ਕਿ ਅਸੀਂ ਤੁਹਾਨੂੰ 15 ਦਿਨ ਠੀਕ ਕਰ ਦਿੰਦੇ ਹਾਂ। ਫੰਕਸ਼ਨ ਹੋਇਆ ਸੀ ਨਾ, ਤਾਂ ਏਡਾ ਵੱਡਾ ਰਿਕਾਰਡਡ ਹੈਗਾ, ਸਾਰੇ ਉੱਥੇ ਬੈਠੇ ਸੀ, ਤੁਸੀਂ ਲੋਕ ਸਾਰੇ ਹੋਵੋਗੇ ਜਿਹੜੇ ਤੁਸੀਂ ਪੱਤਰਕਾਰ ਹੈਗੇ ਹੋ। ਉਹਦੇ ਵਿੱਚ ਸਾਨੂੰ ਸਰਕਾਰ ਨੇ ਸਟੇਜ ਤੋਂ ਬੋਲਿਆ ECS ਨੋਰਮ ਸਾਨੂੰ ਸਮਝ ਆ ਗਈ ਗਲਤ ਹੈ ਤੇ ਅਸੀਂ ਤੁਹਾਨੂੰ ਠੀਕ ਕਰ ਦਿੰਦੇ ਹਾਂ।
ਕੇ ਸੁਣਾਉਂ 3 ਸਾਲ 4 ਸਾਲ ਠੀਕ ਨਹੀਂ ਹੋਏ ਪਤਾ ਕਦੋਂ ਜਾ ਕੇ ਠੀਕ ਹੋਏ ਜੀ ਇਹ ਪਿਛਲੇ ਸਾਲ ਠੀਕ ਹੋਏ ਓਕੇ ਰਾਈਟ ਇਹ 2000 ਮੇਰੇ ਖਿਆਲ 21 ਠੀਕ ਹੋਏ ਜਾ ਕੇ ਜੀ ਤੇ ਉਸ ਦੌਰਾਨ ਕੋਈ ਯੂਨਿਟ ਲੱਗ ਹੀ ਨਹੀਂ ਸਕਦਾ ਸੀ ਓਕੇ ਉਸ ਦੌਰਾਨ ਕੋਈ ਲੱਗ ਹੀ ਨਹੀਂ ਸਕਦਾ ਸੀ ਕਿਉਂ ਨਹੀਂ ਲੱਗ ਸਕਦਾ ਸੀ ਕਿ ਵਾਇਬਲ ਨਹੀਂ ਰਹਿ ਜਾਂਦਾ ਕੋਈ ਯੂਨਿਟ ਕਿਉਂਕਿ ਜਦੋਂ ਤੁਹਾਨੂੰ ਕਾਰ ਪਾਰਕਿੰਗ ਤਾਂ ਕਰਨੀ ਨਹੀਂ ਹੈ ਖਾਲੀ ਛੱਡਣੀ ਜਗ੍ਹਾ ਜੀ ਤੁਸੀਂ ਕੰਸਟਰਕਸ਼ਨ ਕਰਕੇ ਖਾਲੀ ਛੱਡ ਨਹੀਂ ਸਕਦੇ ਜੀ ਏਡੀ ਮਹਿੰਗੀ ਜ਼ਮੀਨ ਏਡਾ ਮਹਿੰਗੀ ਕੰਸਟਰਕਸ਼ਨ ਤੇ ਉੱਥੇ ਕਹੋ ਜੀ ਇੱਥੇ ਕੋਈ ਕੰਮ ਨਹੀਂ ਕਰਨਾ ਇੱਥੇ ਕਾਰ ਸਪੇਸ ਵਾਸਤੇ ਖਾਲੀ ਛੱਡ ਦੋ ਕਿਉਂਕਿ ਪਾਲਿਸੀ ਗਲਤ ਬਣੀ ਹੋਈ ਹੈ ਹੁਣ ਪਾਲਿਸੀ ਕਿਉਂ ਗਲਤ ਹੈ ਉਹ ਸਮਝੋ ਹੁਣ ਜੀ ਇਹ ਪੂਰੇ ਇੰਡੀਆ ਦੀ ਤਾਂ 0.4 ਹੈ ਪੰਜਾਬ ਨੇ ਪਤਾ ਨਹੀਂ ਕਿਉਂ 2 ਰੱਖ ਲਈ ਤੇ ਬਾਅਦ ਵਿੱਚ ਉਹਨਾਂ ਨੇ ਗਲਤੀ ਮੰਨ ਲਈ ਗਲਤੀ ਤਾਂ ਹੀ ਮੰਨ ਲਈ ਪਰ ਕਦੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਉਹਨਾਂ ਨੇ ਅੱਛਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦੀ ਅਸੀਂ ਵੇਟ ਕਰ ਸਕਦੇ ਹਾਂ ਵੀ ਯੂਨਿਟ ਨਹੀਂ ਲੱਗ ਸਕਦਾ ਓਕੇ ਕਿਉਂਕਿ ਨਕਸ਼ਾ ਨਹੀਂ ਪਾਸ ਹੁੰਦਾ ਜੀ ਤੇ ਨਕਸ਼ਾ ਪਾਸ ਕਰਾਉਣ ਵਾਸਤੇ ਤੁਹਾਨੂੰ ਉਹ ਪਾਲਿਸੀ ਠੀਕ ਕਰਾਉਣੀ ਸੀ ਜੀ ਅਸੀਂ ਵੇਟ ਕਰਦੇ ਰਹੇ ਉਹਨਾਂ ਨੇ ਨਹੀਂ ਕੀਤੀ ਚੇਂਜ ਫਿਰ ਤੁਸੀਂ ਵੇਚਤੀ ਫਿਰ ਅਲਟੀਮੇਟਲੀ ਸਾਡੇ ਕੋਲ ਕੋਈ ਚਾਰਾ ਨਹੀਂ ਲੱਗ ਨਹੀਂ ਸਕਦਾ ਵਾਇਬਲ ਨਹੀਂ ਹੈ ਯੂਨਿਟ ਓਕੇ ਫਿਰ ਤੁਸੀਂ ਵੇਚਤੀ ਹਾਂ ਹੁਣ ਤੁਸੀਂ ਦੇਖੋ ਕਿ ECS ਨਾਰਮਸ ਹੁਣ ਚੇਂਜ ਹੋਏ ਨੇ ਉਹ ਵੀ ਕਿੰਨੇ ਜੱਦੋ ਜਹਿਦ ਕਰਕੇ ਹਾਂਜੀ ਹੁਣ ਚੇਂਜ ਹੋ ਗਏ ਹੁਣ ਅਸੀਂ ਯੂਨਿਟ ਹੁਣ ਸਾਡਾ ਯੂਨਿਟ ਚੱਲਣ ਲੱਗ ਪਿਆ ਹਾਂਜੀ ਠੀਕ ਹੈ ਕਿਉਂਕਿ ਜਦ ਤੱਕ ਤੁਹਾਡੀ ਪਾਲਿਸੀ ਗਲਤ ਹੈ ਪੰਜਾਬ ਦੀ ਮੇਰੀ ਜਾਣਕਾਰੀ ਦੇ ਮੁਤਾਬਕ ਤੁਹਾਨੂੰ ਉਦੋਂ ਵੀ ਪਤਾ ਸੀ ECS ਨਹੀਂ ਕਿਉਂਕਿ ਮੇਰੀ ਬੇਨਤੀ ਸੁਣ ਲਓ ਸਰ ਹੁਣ ਇੱਕ ਮਿੰਟ ਪਲੀਜ਼ ਬੀ ਚੋਤਰ ਵਾਲਾ ਤੁਸੀਂ ਪਹਿਲਾਂ ਲਿਆ ਉੱਥੇ ਵੀ ਤੁਸੀਂ ECS ਵਾਲਾ ਰੌਲਾ ਤਾਂ ਉਦੋਂ ਵੀ ਪਿਆ ਹੋਣਾ ਸਰ ਤੁਹਾਨੂੰ ਉਦੋਂ ਵੀ ਨਾ ਤੁਸੀਂ ਉੱਥੇ ਪਲਾਟ ਲਾਇਆ ਮਤਲਬ ਪਲਾਂਟ ਲਾਇਆ ਜੀ ਉੱਥੇ ਵੀ ਤੁਸੀਂ ਸਰਕਾਰ ਤੋਂ ਪਲਾਂਟ ਲਿਆ ਸਰ ਮੇਰੀ ਬੇਨਤੀ ਸੁਣ ਲਓ ਪਲੀਜ਼ ਪਾਲਿਸੀ ਠੀਕ ਨੀ ਹੈਗੀ ਹੈ ਇਹਦੇ ਚ ਹਲੇ ਤਬਦੀਲੀਆਂ ਹੋਣਗੀਆਂ ਜਾਂ ਕਰਨੀਆਂ ਪੈਣਗੀਆਂ ਸਰਕਾਰ ਵੱਲੋਂ ਉਸ ਤੋਂ ਬਾਅਦ ਸਰ ਮੇਰੀ ਗੱਲ ਸੁਣ ਲਓ ਉਸ ਤੋਂ ਬਾਅਦ ਤੁਸੀਂ A28 ਫੇਰ ਲੈ ਲਿਆ ਜਾਣਦੇ ਹੋਏ ਵੀ ਕਿ B74 ਦਾ ਅਸੀਂ ਪਲਾਂਟ ਲਾਇਆ ਹੀ ਨਹੀਂ ਨਹੀਂ ਫਿਰ ਜਦੋਂ ਤੁਸੀਂ ਲਈ ਹੈ ਖਰੀਦੀ ਹੈ ਉਦੋਂ ਇਹ ਗੱਲ ਹੋਈ ਸੀਗੀ ਮੁਨਾਫਾ ਖੱਟਾਂਗੇ ਦੇਖੋ ਸਾਡੇ ਕੋਲ ਰਿਕਾਰਡ ਹੈ ਕਿ ਸਰਕਾਰ ਦੀਆਂ ਅਸੀਂ ਮਿੰਤਾਂ ਕੀਤੀਆਂ ਚਿੱਠੀਆਂ ਮੈਂ ਇਹ ਵੀ ਰਿਕਾਰਡ ਤੁਸੀਂ ਆਪਣੇ ਕੋਲ ਹੀ ਰੱਖਣਾ ਦੇਣਾ ਤਾਂ ਹੈ ਨਹੀਂ ਕਿਸੇ ਨੂੰ ਮੈਂ ਤੁਹਾਨੂੰ ਇਹ ਕਹਿ ਰਿਹਾ B74 ਵੇਲੇ ਵੀ ਤੁਸੀਂ ਮਿੰਤਾਂ ਕੀਤੀਆਂ ਹੋਣੀਆਂ ਸਰਕਾਰ ਦੀਆਂ ਤਾਂ A28 ਵਾਲਾ ਪੰਗਾ ਕਿਉਂ ਲਿਆ ਫਿਰ ਤੁਸੀਂ ਮੈਂ ਇਹ ਕਹਿ ਰਿਹਾ ਤੁਸੀਂ ਤੇ 2016-17 ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਕੋਲ ਇਨਵੈਸਟਰ ਸੀਗੇ ਮੇਰੇ ਖਿਆਲ ਚ 2017 ਦਾ ਹੀ ਮਾਮਲਾ ਹੈਗਾ ਜਦੋਂ ਗੁਰਿੰਦਰ ਸਿੰਘ ਅਲਿਆਸ ਗੁਰਿੰਦਰ ਭਾਪਾ ਜੀ ਹੋਣਾ ਨੇ 100 ਕਰੋੜ ਦੇ ਵਿਦਡਰਾਲ ਕਰਵਾਇਆ ਜੀ ਅਮਾਊਂਟ ਤੇ ED ਦਾ ਪਰਚਾ ਹੋਇਆ ਸੀ ਉਹਨਾਂ ਦਾ ਪੈਸਾ ਤਾਂ ਨੀ ਤੁਹਾਡੇ ਵਾਲੇ ਚ ਲੱਗਿਆ ਕਿਤੇ ਇਨਵੈਸਟਮੈਂਟ ਉਹਨਾਂ ਨੇ ਤਾਂ ਨੀ ਕੀਤੀ ਤੁਹਾਡੇ ਮੇਰੇ ਖਿਆਲ ਰਿਸ਼ਤੇਦਾਰ ਨੇ ਉਹ ਗੁਰਿੰਦਰ ਸਿੰਘ ਮੇਰੇ ਬ੍ਰਦਰ ਇਨ ਲਾ ਹੈ ਓਕੇ ਸਰ ਠੀਕ ਹੈ ਜੀ ਸਰ ਅਗੇਂਸਟ ਕੇਸ ਹੋਇਆ ਜੀ ਸਰ 2017 ਚ ਹੋਇਆ ਜੀ ਮੈਂ ਗਲਤ ਨਾ ਹੋਵਾਂ ਸਰ ਸੁਣ ਤਾਂ ਲਓ ਜੀ ਸਰ ਵਿਜੀਲੈਂਸ ਨੇ ਇਹ ਸ਼ੱਕ ਕੀਤਾ ਜੀ ਕਿ ਇਹ ਪੈਸਾ ਮੇਰਾ ਵੀ ਵਿੱਚ ਲੱਗਾ ਜਾਂ ਉਹਨਾਂ ਦਾ ਮੇਰੇ ਚ ਲੱਗਿਆ ਠੀਕ ਹੈ ਰਾਈਟ ਤਾਂ ਸਾਡੀ ਕੰਪਨੀ ਦਾ ਉਧਰ ਲੱਗਿਆ ਜਾਂ ਉਹਨਾਂ ਦਾ ਸਾਡੀ ਕੰਪਨੀ ਚ ਲੱਗਿਆ ਇਹ ਸ਼ੱਕ ਕੀਤਾ ਜੀ 2019 ਚ ਹੋਇਆ ਸ਼ਾਇਦ ਪਰਚਾ ਮੈਂ ਜੀ ਮੈਂ ਸ਼ਾਇਦ ਮੈਨੂੰ ਡੇਟ ਦਾ ਯਾਦ ਹੈ ਤੁਹਾਨੂੰ ਜੀ ਠੀਕ ਹੈ ਠੀਕ ਹੈ ਫਿਰ ਕੀ ਹੋਇਆ ਕਿ ਵਿਜੀਲੈਂਸ ਨੇ ਸਾਨੂੰ ਬੁਲਾਇਆ ਤੇ ਵਿਜੀਲੈਂਸ ਨੇ ਆਲਮੋਸਟ 1 ਸਾਲ ਸਾਡੇ ਤੋਂ ਸਾਰੇ ਡਾਕੂਮੈਂਟ ਰੋਜ਼ ਮੰਗਦੇ ਰਹੇ ਅਸੀਂ ਰੋਜ਼ ਪੇਸ਼ ਹੁੰਦੇ ਰਹੇ ਜੀ ਕਿਉਂਕਿ ਸਾਡੀ ਕੰਪਨੀ ਇੱਕ ਇੰਡੀਆ ਦੀ ਨੰਬਰ 1 ਬ੍ਰਾਂਡ ਹੈਗੀ ਹੈ ਠੀਕ ਹੈ ਤੇ ਦੁਨੀਆ ਦੇ ਵਿੱਚ ਵੀ ਟੌਪ 20 ਚ ਆਉਂਦੀ ਹੈ ਓਕੇ ਸਰ ਤੇ ਇਸ ਕਰਕੇ ਵੀ ਆਰ ਏ ਵੈਰੀ ਆਰਗੇਨਾਈਜ਼ਡ ਕੰਪਨੀ ਜਿਹਦੇ ਵਿੱਚ ਪੈਸਾ ਲੱਗਾ ਹੋਇਆ ਅਮੈਰੀਕਨ ਕੰਪਨੀ ਦਾ ਵੀ ਤੇ ਫ੍ਰੈਂਚ ਕੰਪਨੀ ਦਾ ਵੀ ਜੀ ਸਰ ਤੇ ਸਾਡੇ ਜਿਹੜੇ
ਤੌਰ ਤਰੀਕੇ ਨੇ ਕੰਮ ਕਰਨ ਦੇ ਮੋਸਟ ਸੁਚੱਜੇ ਨੇ ਇੰਡੀਆ ਦੀਆਂ ਜਿੰਨੀਆਂ ਵੀ ਕੰਪਨੀਆਂ ਤੁਸੀਂ ਜਾਣਦੇ ਹੋ ਨਾ ਸਰ ਮੈਂ ਤੌਰ ਤਰੀਕੇ ਨਹੀਂ ਪੁੱਛਿਆ ਤੁਸੀਂ ਦੱਸਿਆ ਮੈਂ ਪੁੱਛਿਆ ਵੀ ਗੁਰਿੰਦਰ ਪਾਪਾ ਜੀ ਦਾ ਵੀ ਪੈਸਾ ਲੱਗਿਆ ਸੀ ਪਾਪਾ ਜੀ ਹੈ ਕਿਹਦਾ ਗੁਰਿੰਦਰ ਸਿੰਘ ਅਲਿਆਸ ਗੁਰਿੰਦਰ ਪਾਪਾ ਜੀ ਦੇ ਇਲੀਗੇਸ਼ਨ ਸਕੈਮ ਵਿੱਚ ਵੀ ਫਸੇ ਹੋਏ ਨੇ ਦੱਸਣਗਾ ਤੇ ਅਸੀਂ ਜਦੋਂ ਇਹ ਸਾਨੂੰ ਵਿਜੀਲੈਂਸ ਨੇ ਬੁਲਾਇਆ ਨਾ ਜੀ ਸਰ ਸਾਰੀਆਂ ਡਾਕੂਮੈਂਟਸ ਫਾਈਲਾਂ ਜਿੰਨੀਆਂ ਮੰਗਦੇ ਰਹੇ ਉਹ ਸਾਡੀਆਂ ਟਰੱਕ ਭਰ ਕੇ ਜਾਂਦੀਆਂ ਸੀ ਫਾਈਲਾਂ ਵੀ ਤੁਸੀਂ ਆ ਜੋ ਦੇਖਣਾ ਚਾਹੁੰਦੇ ਹੋ ਅਸੀਂ ਕਹਿੰਦੇ ਸੀ ਤੁਸੀਂ ਸਾਡੇ ਆਫਿਸ ਆ ਜਾਓ ਜੀ ਕਿਹੜਾ ਡਾਕੂਮੈਂਟ ਚਾਹੀਦਾ ਸੀ ਤੁਹਾਡੇ ਕੋਲ ਤਾਂ ਰੈਡੀ ਪਏ ਨੇ ਡਾਕੂਮੈਂਟ ਠੀਕ ਹੈ ਅਸੀਂ ਆਰਗੇਨਾਈਜ਼ਡ ਕੰਪਨੀ ਆ ਸਾਡੇ ਕੋਲ ਸਾਰੇ ਡਾਕੂਮੈਂਟ ਰੈਡੀ ਹੁੰਦੇ ਨੇ ਅਸੀਂ ਐਨੀਵੇ ਉਹ ਕਹਿੰਦੇ ਸੀ ਨਹੀਂ ਇੱਥੇ ਲੈ ਕੇ ਆ ਜਾਓ ਅਸੀਂ ਕਹਿੰਦੇ ਸੀ ਗੱਡੀ ਭਰ ਕੇ ਲੈ ਜਾਂਦੇ ਸੀ ਜੀ ਤੇ ਉੱਥੇ ਅਸੀਂ ਡਾਕੂਮੈਂਟ ਦਿਖਾਉਂਦੇ ਰਹੇ ਜੀ ਸਰ ਸਾਰ ਕੁਝ ਪੜਤਾਲ ਚੱਲਦੀ ਰਹੀ ਉਹ ਸਾਡੇ ਡਾਕੂਮੈਂਟ ਪੜਦੇ ਰਹੇ ਜੀ ਸਰ ਉਹਦੇ ਚੋਂ 1 ਰੁਪਇਆ ਵੀ ਜੀ ਗੁਰਿੰਦਰ ਸਿੰਘ ਦਾ ਸਾਡੇ ਵੱਲੇ ਨਹੀਂ ਲੱਗਿਆ ਸੀ ਓਕੇ ਮਤਲਬ ਨਹੀਂ ਇਨਵੈਸਟਮੈਂਟ ਉਹਨਾਂ ਨੇ ਤੁਹਾਡੇ ਨਾਲ ਨਹੀਂ ਕੀਤੀ ਹਾਂ ਕੋਈ ਇਨਵੈਸਟਮੈਂਟ ਨਹੀਂ ਤੇ ਸਰ ਜਿਹੜੇ ਜਸਦੀਪ ਸਿੰਘ ਜੀ ਨੇ ਪ੍ਰਾਪਰਟੀ ਡੀਲਰ ਨੇ ਜਿਹੜੇ ਸੰਦੀਪ ਜੀ ਦੇ ਭਰਾ ਉਹਨਾਂ ਦਾ ਪੈਸਾ ਇਨਵੈਸਟ ਹੋਇਆ ਜੀ ਤੁਹਾਡੇ ਨਾਲ ਨਹੀਂ ਜੀ ਨਹੀਂ ਕੋਈ ਪੈਸਾ ਨਹੀਂ ਇਨਵੈਸਟ ਸਾਡਾ ਕਿਸੇ ਦਾ ਇਨਵੈਸਟ ਹੋਇਆ ਸਾਡਾ ਸਿਰਫ ਇਨਵੈਸਟ ਕੀਤਾ ਹੋਇਆ ਪੈਸਾ ਜੀ ਇੱਕ ਕੰਪਨੀ ਹੈ ਇੱਕ ਅਮਰੀਕਨ ਕੰਪਨੀ ਹੈ ਓਕੇ ਉਹਨਾਂ ਦਾ ਪੈਸਾ ਇਨਵੈਸਟ ਹੋਇਆ ਹੈ ਸਾਡੇ ਕੋਲ ਸਰ ਜਿਹੜਾ 8B ਦੇ ਵਿੱਚ ਪਰਚੇਸ ਕੀਤੇ ਨੇ ਜਾਂ 82 ਸੈਕਟਰ ਵਿੱਚ ਪਰਚੇਸ ਕੀਤੇ ਨੇ ਉਹ ਵੀ ਤੁਹਾਡੀ ਇਨਵੈਸਟਮੈਂਟ ਕੱਲਿਆਂ ਦੀ ਜਾਂ ਉਹਦੇ ਵਿੱਚ ਵੀ ਇਹਨਾਂ ਦੇ ਵਿੱਚੋਂ ਜਸਦੀਪ ਸਿੰਘ ਜੀ ਦੀ ਜਾਂ ਗੁਰਿੰਦਰ ਪਾਪਾ ਦੀ ਹੈਗੀ ਹੈ ਸਾਡੀ ਸਰ ਜੀ ਕੱਲੇ ਆ ਸੀ ਬਿਲਕੁਲ ਅਸੀਂ ਦੇਖੋ ਸਾਡੇ ਜਿਹੜੇ ਸ਼ੇਅਰਸ ਹੈ ਨਾ ਉਹਦੀ ਬੜੀ ਵੈਲਿਊਏਬਲ ਹੈ ਜੀ ਤੇ ਉਹ ਸ਼ੇਅਰਸ ਅਸੀਂ ਅਗਰ ਮੰਨ ਲਓ ਆਪਣੇ ਵੇਚਣਾ ਚਾਹੁੰਦੇ ਹਾਂ ਜਾਂ ਕਿਸੇ ਨੂੰ ਆਫਰ ਕਰਨਾ ਚਾਹੁੰਦੇ ਹਾਂ ਤਾਂ ਵਰਲਡ ਦੀਆਂ ਸਾਰੀਆਂ ਵੱਡੀਆਂ ਕੰਪਨੀਆਂ ਸਾਡੇ 'ਚ ਇਨਵੈਸਟ ਕਰਨ ਨੂੰ ਤਿਆਰ ਨੇ ਤੇ ਇਸ ਕਰਕੇ ਸਾਨੂੰ ਪੈਸੇ ਦੀ ਕੋਈ ਦਿੱਕਤ ਨਹੀਂ ਹੈ ਕਿੱਲਤ ਨਹੀਂ ਹੈਗੀ ਤੇ ਇਸ ਕਰਕੇ ਸਾਡੇ 'ਚ ਇਨਵੈਸਟ ਕੌਣ ਕਰ ਰਿਹਾ ਵੱਡੇ ਵੱਡੇ ਗਰੁੱਪ ਵੱਡੀਆਂ ਵੱਡੀਆਂ ਜਿਹੜੀਆਂ ਕੰਪਨੀਆਂ ਨੇ ਉਹ ਇਨਵੈਸਟ ਕਰਦੇ ਆ ਸਰ ਓਕੇ ਚਲੋ ਇਹ ਤਾਂ ਸਰ ਮੈਨੂੰ ਸਮਝ ਆ ਗਿਆ ਮੈਂ ਲੇਕਿਨ ਮੈਨੂੰ ਉਹ ਪੁਆਇੰਟ ਕੋਈ ਪੈਸਾ ਲੱਗਿਆ ਨਹੀਂ ਨਾ ਦੂਜੀ ਗੱਲ ਇਹ ਤੁਸੀਂ ਵਿਜੀਲੈਂਸ ਤੋਂ ਪੁੱਛੋ ਕਿ ਵਿਜੀਲੈਂਸ ਨੇ ਪੁੱਛ ਪੜਤਾਲ ਕੀਤੀ ਪੂਰੇ ਸਾਲ ਦੀ ਜੀ ਤੇ ਫਿਰ ਉਹਦੇ ਤੋਂ ਬਾਅਦ ਕੁਝ ਨਹੀਂ ਕੱਢ ਸਕਿਆ ਓਕੇ ਕਹਿੰਦੇ ਨੇ ਵੀ ਸਾਡੇ ਪੈਸੇ ਨਹੀਂ ਲੱਗੇ ਪਰ ਉਹ ਕਹਿੰਦੇ ਅਸੀਂ ਤਾਂ ਪੁੱਛ ਪੜਤਾਲ ਕਰਨੀ ਹੈ ਪੂਰੀ ਉਹਨਾਂ ਦੇ ਕੋਲ ਡਾਕੂਮੈਂਟ ਅਸੀਂ ਮਤਲਬ ਮਨਾਂ ਦੇ ਵਿੱਚ ਫੋਟੋਕਾਪੀ ਕਰਕੇ ਦਿੱਤੇ ਮਨਾਂ ਦੇ ਵਿੱਚ ਜੀ ਦਿੱਤੇ ਤੇ ਉਹਨਾਂ ਨੇ ਇਹ 1 ਸਾਲ ਪੂਰੀ ਟੀਮ ਸਾਡੇ ਤੇ ਲਾਈ ਰੱਖੀ ਜੀ ਤੇ ਉਹਦੇ ਚੋਂ 1 ਰੁਪਈਏ ਦਾ ਵੀ ਪੈਸਾ ਨਹੀਂ ਲੱਗਿਆ ਹੋਇਆ ਸੀ ਕਿਸੇ ਦਾ ਜੀ ਸਰ ਇਹ ਤਾਂ ਚਲੋ ਇਹ ਤਾਂ ਤੁਸੀਂ ਦੱਸਤਾ ਵੀ ਪੈਸਾ ਕਿਸੇ ਹੋਰ ਦਾ ਨਹੀਂ ਲੱਗਿਆ ਪਰ ਮੈਨੂੰ ਇਹ ਹਾਂ ਜੀ ਇਹ ਕਲੀਅਰ ਹੋ ਗਿਆ ਮੇਰਾ ਲੇਕਿਨ ਮੈਨੂੰ ਇਹ ਚੀਜ਼ ਕਲੀਅਰ ਨਹੀਂ ਹੋ ਰਹੀ ਬਈ 2074 ਦੇ ਵਿੱਚ ਤੁਹਾਨੂੰ ਸਾਰਾ ਕੁਝ ਪਤਾ ਸੀ ਬਈ ECS ਦਾ ਪ੍ਰੋਬਲਮ ਹੈਗਾ ਪਾਲਿਸੀ ਦਾ ਪ੍ਰੋਬਲਮ ਹੈਗਾ ਫਿਰ ਵੀ ਤੁਸੀਂ A28 ਲਿਆ ਨਾ ਤਾਂ ਤੁਸੀਂ ਪ੍ਰੋਡਕਸ਼ਨ ਉੱਥੇ ਕੀਤੀ ਹੈ 2074 ਦੇ ਵਿੱਚ ਨਾ ਤੁਸੀਂ ਇੱਥੇ A28 ਕੀਤੀ ਹੈ ਇਹ ਜਵਾਬ ਦਿਆਂ ਤੁਹਾਡਾ ਜੀ ਸਰ ਦੇਖੋ ਐਦਾਂ ਵੇ ਅਸੀਂ ਇਹ ਸੋਚ ਚ ਹੈਗੇ ਆ ਕਿ ਸਰਕਾਰ ਜਿਹੜੀ ਹੈਗੀ ਹੈ ਨਾ ਉਹ ਦੇਰ ਹੈਗੀ ਹੈ ਅੰਧੇਰ ਨਹੀਂ ਹੈ ਕਿ ਜੇ ਉਹ ਪਾਲਿਸੀ ਗਲਤ ਹੈ ਤੇ ਕੱਲ ਨੂੰ ਠੀਕ ਕਰੇਗੀ ਤਾਂ ਹੀ ਚੱਲਣੀ ਹੈ ਨਾ ਦੇਖੋ ਸਾਰੀਆਂ ਫੈਕਟਰੀਆਂ ਲੱਗੀਆਂ ਹੋਈਆਂ ਨੇ ਉਹ ਤਰੀਕੇ ਨੇ ਫੈਕਟਰੀਆਂ ਚਲਾਉਣ ਦੇ ਇੱਕ ਹੈਗਾ ਤੁਸੀਂ ਗਲਤ ਤਰੀਕੇ ਨਾਲ ਚਲਾਈ ਜਾਓ ਜੀ ਠੀਕ ਹੈ ਨੋਰਮਸ ਨੂੰ ਫਾਲੋ ਨਾ ਕਰੋ ਜੀ ਅਸੀਂ ਉਹਨਾਂ ਚੋਂ ਨਹੀਂ ਹੈਗੇ ਅਸੀਂ ਆਪਣੇ ਨੋਰਮਸ ਫਾਲੋ ਕਰਦੇ ਆ ਜੀ ਤੁਹਾਨੂੰ ਪਤਾ ਕਿ ਜਿਹੜੀਆਂ ਟੋਟਲ ਕੰਪਲਾਈਐਂਸਿਸ ਹੁੰਦੀਆਂ ਨੇ ਜੀ ਜੇ ਤੁਸੀਂ ਪੰਜਾਬ ਦੇ ਵਿੱਚ ਸਾਰੇ ਫੈਕਟਰੀਆਂ ਨੂੰ ਅਗਰ ਦੇਖੋਗੇ ਨਾ ਕੰਪਲਾਈਐਂਸਿਸ ਪੂਰੀਆਂ ਕਿੰਨੇ ਕੀਤੀਆਂ ਹੋਈਆਂ ਨੇ ਜੀ ਤਾਂ ਟਾਇਨੋਰ ਉਹਦੇ ਚੋਂ 1 ਕੰਪਨੀ ਨਿਕਲੇਗੀ ਪਰ 50 ਨਹੀਂ ਨਿਕਲਣਗੀਆਂ ਸਰ ਦੇਖੋ ਟਾਇਨੋਰ ਉਹਨਾਂ ਵਿੱਚੋਂ 1 ਕੰਪਨੀ ਹੈ ਜਿਨ੍ਹਾਂ ਨੇ ਸਾਰਾ ਕੁਝ ਕੰਪਲਾਈਐਂਸ ਜਿਹੜੇ ਨੇ ਉਹ ਉਹਦੇ ਨਾਲ ਖਰੀ ਉਤਰੀ ਹੈ ਤੁਸੀਂ ਕਹਿੰਦੇ ਟਾਪ 10 ਦੇ ਵਿੱਚ ਇੰਡੀਆ ਚ ਆਉਂਦੀ ਹੈ ਟਾਪ 20 ਦੇ ਵਿੱਚ ਵਰਲਡ ਵਿੱਚ ਤੁਹਾਡੀ ਕੰਪਨੀ ਆਉਂਦੀ ਹੈ ਪਰ ਟਾਪ 10 ਨਹੀਂ ਇੰਡੀਆ ਇਸ ਨੰਬਰ 1 ਹੈ ਗਿਆ ਇੰਡੀਆ ਇਸ ਨੰਬਰ 1 ਗ੍ਰੇਟ ਇੰਡੀਆ ਇਸ ਨੰਬਰ 1 ਦੁਨੀਆ ਨੰਬਰ 20 ਦੇ ਵਿੱਚ ਆਨੇ ਪਹਿਲੇ ਵੀ ਆ ਚਾਹ ਹਾਂਜੀ ਇੰਡੀਆ ਤੁਸੀਂ ਨੰਬਰ 1 ਹੈਗੇ ਹੋ ਤੇ ਤੁਸੀਂ ਗਲੋਬਲੀ ਟਾਪ 20 ਦੇ ਵਿੱਚ ਆਨੇ ਹੋ ਪਰ ਫਿਰ ਵੀ ਤੁਹਾਨੂੰ ਇਹ ਮਕੀ ਪਾਲਿਸੀ ਨਹੀਂ ਸਮਝ ਆਈ ਜੀ ਤੁਸੀਂ ਫਿਰ ਵੀ ਲੈਂਦੇ ਰਹੇ ਅੱਛਾ ਤੁਹਾਡਾ ਇੱਕ ਫੇਜ਼ 8 ਪਾਲਿਸੀ ਸਮਝ ਆਈ ਅੱਜ ਵੀ ਸਮਝ ਆਈ ਸਰ ਤੁਹਾਡਾ ਫੇਜ਼ 8 ਵੀ ਸਰਕਾਰ ਦੇ ਕੋਲ ਜਾਂਦੇ ਸੁਣੋ ਸਰ ਤੁਹਾਡਾ ਫੇਜ਼ 8 ਦੇ ਵਿੱਚ ਤੁਹਾਡਾ C198 ਪਲਾਟ ਸੀ ਫੇਜ਼ 8B ਦੇ ਵਿੱਚ ਤੁਸੀਂ ਉਹ ਵੀ ਲੈ ਕੇ ਵੇਚਤਾ ਤੁਸੀਂ A28 ਲਿਆ ਤੁਸੀਂ ਉਹ ਵੀ ਲੈ ਕੇ ਵੇਚਤਾ ਤੁਸੀਂ ਸਰ ਟਾਇਨੋਰ ਦੀ ਪ੍ਰੋਡਕਸ਼ਨ ਕਰਨੀ ਸੀ ਜਾਂ ਫਿਰ ਤੁਸੀਂ ਜਸਦੀਪ ਸਿੰਘ ਜੀ ਦੀ ਤਰ੍ਹਾਂ ਪ੍ਰਾਪਰਟੀ ਡੀਲਿੰਗ ਵਾਲੇ ਲਾਈਨ 'ਚ ਜਾਣਾ ਸੀ ਵੀ ਲੈ ਲਓ ਜੀ ਪਾਲਿਸੀ ਦਾ ਬਹਾਨਾ ਲਾ ਕੇ ਅਸੀਂ ਵੇਚ ਦਾਂਗੇ ਸੁਣੋ ਮੇਰੀ ਗੱਲ ਇਹ ਹੈਗੀ ਹੈ ਜੀ ਸਰ ਇਹ ਪਹਿਲੀ ਗੱਲ ਜੀ ਇਹ ਸਰ ਜਿਹੜਾ 8B ਵਾਲਾ ਸੀਗਾ ਤੁਸੀਂ ਉਹ ਕਿਉਂ ਵੇਚਿਆ ਸਰ ਮੈਂ ਤੁਹਾਨੂੰ ਦੱਸਦਾ ਕਿ ਅਸੀਂ C198 ਉਹ ਕਿਉਂ ਵੇਚਿਆ ਸਰ ਅਸੀਂ ਇੰਡਸਟਰੀਲਿਸਟ ਆ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਰ ਇੰਡਸਟਰੀਲਿਸਟ ਹੋ ਜਾਂ ਪ੍ਰਾਪਰਟੀ ਡੀਲਰ ਹੋ ਸਰ ਅਸੀਂ ਇੰਡਸਟਰੀਲਿਸਟ ਆ ਤੇ ਅਸੀਂ C198 ਫੇਜ਼ 8B ਖਰੀਦਿਆ ਫਿਰ ਵੇਚਤਾ 2074 ਫੇਜ਼ 7 ਖਰੀਦਿਆ ਫਿਰ ਵੇਚਤਾ
A28 फेज 7 खरीदया बाइफरकेट किया फिर बेचता इंडस्ट्रियलिस्ट का मनो नहीं लग रहे मनो तुसी प्रॉपर डीलर लग रहे हो सुनो ना मेरी गल गल ये है कि अभी इंडस्ट्री नु एक्सपेंड कर दे रहे ठीक है ते असी एक्सपेंड कर दे रहे बड़े हुंदे रहे ते असी इंडस्ट्री दे विच अज तुहानू पता है असी 1800 बंदियां नु एम्प्लॉय कीता होया सर मैं एम्प्लॉयमेंट दी गल नहीं कर रहा मैं जेडे प्लॉट तुसी लै के प्रोडक्शन नहीं कीती प्रोडक्शन दे नाम ते तुसी प्लॉट ले ने डिपार्टमेंट तो पर प्रोडक्शन ना करके उन्हां नु बेच तक करोड़ रुपए दा मुनाफा लैके बीच होता तुसी बाइफरकेट कीता तुसी पिछले पासे गेट कढ़िया जी ओह किवें किहदी परमिशन तो कढ़िया ਅਸੀਂ ਰੈਲੇਵੈਂਟ ਡਿਪਾਰਟਮੈਂਟ ਤੋਂ ਲਿੱਤੀ ਹੋਣੀ ਪਰਮਿਸ਼ਨ ਮੈਨੂੰ ਨਹੀਂ ਯਾਦ ਨਹੀਂ ਲਿੱਤੀ ਹੋਣੀ ਸਰ ਤੁਸੀਂ ਨੰਬਰ 1 ਕੰਪਨੀ ਹੋ ਇੰਡੀਆ ਦੀ ਤੁਹਾਨੂੰ ਇਹ ਨਹੀਂ ਪਤਾ ਪਰਮਿਸ਼ਨ ਲਈ ਕਿ ਨਹੀਂ ਲਈ ਉਹ ਨਹੀਂ ਯਾਰ ਇੱਡੀ ਵੱਡੀ ਕੰਪਨੀ ਹੁੰਦੀ ਹੈ ਸਾਰਾ ਕੁਝ ਐਮਡੀ ਨੂੰ ਥੋੜੀ ਪਤਾ ਹੁੰਦਾ ਬਟ ਸਰ ਇੰਨੀ ਵੱਡੀ ਕੰਪਨੀ ਹੁੰਦੀ ਹੈ ਤਿੰਨ ਪਲਾਟ ਖਾਲੀ ਮਕੀ ਖਰੀਦ ਕੇ ਵੇਚ ਕੇ ਅੱਗੇ ਕਰਦੀ ਹੈ ਜੀ ਯਾਰ ਤੁਸੀਂ ਇੱਕ ਹੀ ਗੱਲ ਕਰਦੇ ਹੋ ਸਰ ਮੈਂ ਸਵਾਲ ਕਰਾਂਗਾ ਜਿਹੜਾ ਜੈਨੂਅਨ ਬਣਦਾ ਹੈ ਸਰ ਨਹੀਂ ਨਹੀਂ ਸੁਣੋ ਨਾ ਮੇਰੀ ਗੱਲ ਜੀ ਜੀ ਬੋਲੋ ਬੋਲੋ ਦੇਖੋ ਠਾਕੁਰ ਸਾਹਿਬ ਤੁਸੀਂ ਇੱਕ ਨਾ ਬੜੀ ਵਿੰਡਿਕਟਿਵ ਦੀ ਭਾਸ਼ਾ ਮਤਲਬ ਨਾ ਭਾਵਨਾ ਨਾਲ ਮੇਰੇ ਨਾਲ ਗੱਲ ਕਰ ਰਹੇ ਹੋ ਨਹੀਂ ਨਹੀਂ ਸਰ ਮੈਂ ਤਾਂ ਬੜੀ ਬੇਨਤੀ ਕਰ ਰਿਹਾ ਜੀ ਮੈਂ ਤਾਂ ਬੜਾ ਹੰਬਲ ਮੈਂ ਤਾਂ ਇਵਨ ਤੁਹਾਨੂੰ ਹਫਤਾ ਵੇਟ ਕੀਤੀ ਹੈ ਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਸਰ ਜਿੱਦਾਂ ਤੁਸੀਂ ਲਾਸਟ ਟਾਈਮ ਮੇਰੀ ਫਸਟ ਟਾਈਮ ਗੱਲ ਹੋਈ ਸੀ ਤੁਸੀਂ ਕਿਹਾ ਸੀ ਮੈਂ ਚਿਤਕਾਰਾ ਯੂਨੀਵਰਸਿਟੀ ਦੇ ਵਿੱਚ ਲੈਕਚਰ ਦੇ ਰਿਹਾ ਜੀ ਤੁਹਾਡਾ ਤੁਸੀਂ ਫੋਨ ਡਿਸਕਨੈਕਟ ਕੀਤਾ ਮੈਂ ਰਾਈਟ ਅਵੇ ਚਿਤਕਾਰਾ ਯੂਨੀਵਰਸਿਟੀ ਫੋਨ ਕੀਤਾ ਜੀ ਉਹ ਕਹਿੰਦੇ ਜੀ ਯੂਨੀਵਰਸਿਟੀ ਬੰਦ ਹੋਈ ਨੂੰ 1 ਘੰਟਾ 10 ਮਿੰਟ ਹੋ ਚੁੱਕੇ ਹੈ ਕੋਈ ਲੈਕਚਰ ਨਹੀਂ ਸੀਗਾ ਮੈਂ ਫਿਰ ਵੀ ਤੁਹਾਨੂੰ ਨਹੀਂ ਬੋਲਿਆ ਤੁਹਾਡੀ ਕਿਹਦੇ ਨਾਲ ਗੱਲ ਹੋਈ ਵੈਸੇ ਸਰ ਮੈਂ ਹੁਣ ਮੈਂ ਵੀ ਤੁਹਾਨੂੰ ਕਿਉਂ ਦੱਸਾਂ ਮੇਰੇ ਕੋਲ ਓਹੋ ਸੁਣੋ ਮੇਰੀ ਗੱਲ ਜੀ ਸਰ ਫਿਰ ਤੁਸੀਂ ਜੇ ਤੁਸੀਂ ਮੈਨੂੰ ਇਹ ਐਲੀਗੇਸ਼ਨ ਲਗਾ ਰਹੇ ਹੋ ਮੈਂ ਤੁਹਾਨੂੰ ਜਵਾਬ ਦੇਣਾ ਉਹਦਾ ਜੀ ਸਰ ਤੁਸੀਂ ਉਹਨਾਂ ਦੇ ਐਲੀਗੇਸ਼ਨ ਨਹੀਂ ਮੈਂ ਦੱਸ ਰਿਹਾ ਹਾਂ ਮੈਂ ਤਾਂ ਬੜਾ ਹੰਬਲ ਮੈਂ ਫਿਰ ਵੀ ਤੁਹਾਨੂੰ ਮੈਸੇਜ ਨਹੀਂ ਪਾਇਆ ਮੈਂ ਕਿਹਾ ਚਲੋ ਮੈਂ ਫਿਰ ਕਿਸੇ ਦਿਨ ਟਰਾਈ ਕਰਾਂਗਾ ਮੇਰੀ ਡਿਊਟੀ ਦਾ ਦੇਖ ਲਓ ਪਲੀਜ਼ ਜੀ ਜੇ ਤੁਸੀਂ ਕਹਿੰਦੇ ਵੀ ਮੈਂ ਲੈਕਚਰ ਨਹੀਂ ਦੇ ਰਿਹਾ ਸੀ ਮੈਂ ਤੁਹਾਨੂੰ ਦੱਸਦਾ ਕਿ ਮੈਂ ਪਹਿਲੀ ਗੱਲ ਪ੍ਰੈਜ਼ੈਂਟ ਕਿਹਦੇ ਨਾਲ ਸੀ ਸਰ ਲੈਕਚਰ ਵਾਲੀ ਗੱਲ ਛੱਡੋ ਤੁਸੀਂ ਪਲੌਟਸ ਤੇ ਆ ਜਾਓ ਜੀ ਭਾਜੀ 1 ਮਿੰਟ ਸੁਣੋ ਆਪਾਂ ਡਰੈਗ ਕਰਾਂਗੇ ਗੱਲ ਨੂੰ ਮੇਰੀ ਗੱਲ ਸੁਣੋ ਪਹਿਲਾਂ ਨਹੀਂ ਮੈਂ ਉਹ ਭੁੱਲ ਗਿਆ ਜੀ ਛੱਡੋ ਕੋਈ ਚੱਕਰ ਨਹੀਂ ਤੁਸੀਂ ਅੱਜ ਟਾਈਮ ਦੇਤਾ ਤੁਹਾਡੀ ਬਹੁਤ ਮਿਹਰਬਾਨੀ ਨਹੀਂ ਪਲੀਜ਼ ਸਰ ਟਾਈਮ ਤੁਹਾਡਾ ਵੀ ਬਹੁਤ ਕੀਮਤੀ ਹੈ ਮੈਂ ਮੁੱਦੇ ਤੇ ਆ ਜੀ ਅਸੀਂ ਮੈਂ ਤਾਂ ਜਵਾਬ ਤਾਂ ਦਿਆ ਨਾ ਤੁਸੀਂ ਡੀਲ ਨਾ ਕਰੀਏ ਸਰ ਪਲੀਜ਼ ਰਿਕੁਐਸਟ ਹੈ ਮੇਰੀ ਤੁਹਾਡਾ ਟਾਈਮ ਬਹੁਤ ਕੀਮਤੀ ਹੈ ਮੇਰਾ ਵੀ ਤੇ ਅਸੀਂ ਡੀਲ ਨਾ ਕਰੀਏ ਮੁੱਦੇ ਤੇ ਆ ਜੀ ਪਲੌਟਸ ਤੇ ਭਾਜੀ ਮੇਰੀ ਗੱਲ ਸੁਣੋ ਜੀ ਸਰ ਸੁਣੋ ਤੁਸੀਂ ਇਹ ਗੱਲ ਕੀਤੀ ਵੀ ਮੈਂ ਚਿਤਕਾਰਾ ਯੂਨੀਵਰਸਿਟੀ ਚ ਨਹੀਂ ਸੀ ਸੁਣੋ ਪਹਿਲੀ ਗੱਲ ਇਹ ਹੈ ਕਿ ਉਹਨਾਂ ਦੇ ਤੁਹਾਨੂੰ ਪਤਾ ਹੈ ਕਿ ਮੇਨ ਬੰਦੇ ਕੌਣ ਨੇ ਮੋਹਿਤ ਚਿਤਕਾਰਾ ਜੀ 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 ਸਰ ਸੁਣ ਰਹੇ ਤੇ ਮਧੂ ਚਿਤਕਾਰਾ ਜੀ ਜੀ ਸਰ ਦੇ ਰੰਦਾ ਯੂਨੀਵਰਸਿਟੀ ਦੇ ਆਰ ਦਾ ਓਨਰ ਆਫ ਦਾ ਯੂਨੀਵਰਸਿਟੀ ਦੇ ਆਰ ਦਾ ਮੇਨ ਪਰਸਨ ਆਫ ਜੀ ਜੀ ਬਿਲਕੁਲ ਤੇ ਉਹਨਾਂ ਦੇ ਨਾਲ ਸੀ ਮੈਂ ਯੂਨੀਵਰਸਿਟੀ ਦੇ ਅੰਦਰ ਸੀ ਤੇ ਜਿਹੜੇ ਉਹ ਵਾਈਸ ਚਾਂਸਲਰ ਨੇ ਉਹਨਾਂ ਦੇ ਮਿਸਟਰ ਖੋਸਲਾ ਜੀ ਸਰ ਡਾਕਟਰ ਖੋਸਲਾ ਉਹਨਾਂ ਨੂੰ ਪੁੱਛੋ ਕਿ ਵੀ ਉੱਥੇ ਮੀਟਿੰਗ ਉਸ ਟਾਈਮ ਤੇ ਚੱਲ ਰਹੀ ਸੀ ਜਿਹੜਾ ਟਾਈਮ ਤੁਹਾਡੇ ਕੋਲ ਨੋਟਿਸ ਹੈ ਇਹ ਗੱਲ ਪਰਫੈਕਟ ਹੈ ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਉਹ ਗੱਲ ਪਰਫੈਕਟ ਤੁਸੀਂ ਮੈਨੂੰ ਕਿਹਾ ਸੀ ਮੈਂ ਲੈਕਚਰ ਦੇ ਵਿੱਚ ਹੈ ਹਾਂਜੀ ਮੈਂ ਤਾਂ ਪ੍ਰੈਕਟਿਸ ਕਰ ਰਿਹਾ ਮੈਂ ਅੱਜ ਵੀ ਕਰਦੀ ਨਹੀਂ ਹਾਂ ਸਰ ਮੈਂ ਅੱਜ ਵੀ ਕਰਦੀ ਨਹੀਂ ਹਾਂ ਕੋਈ ਉਹ ਕਹਿ ਰਿਹਾ ਕਿ ਉੱਥੇ ਤੁਸੀਂ ਮੀਟਿੰਗ ਕਹਿ ਰਹੇ ਹੋ ਮੀਟਿੰਗ 'ਚ ਸੀਗੇ ਮੈਂ ਮੰਨ ਗਿਆ ਤੁਸੀਂ ਉਸ ਦਿਨ ਮੈਨੂੰ ਕਿਹਾ ਸੀ ਮੈਂ ਲੈਕਚਰ 'ਚ ਹੈ ਤੁਹਾਨੂੰ ਸਮਝੋ ਜਦੋਂ ਤੁਸੀਂ ਸਟੇਜ ਤੋਂ ਬੋਲ ਰਹੇ ਹੁੰਦੇ ਹੋ ਨਾ ਮੀਟਿੰਗ ਦੇ ਵਿੱਚ ਉਹ ਲੈਕਚਰ ਹੀ ਕਿਹਾ ਜਾਂਦਾ ਹੈ ਸਰ ਮੀਟਿੰਗ ਸਟੇਜ ਤੇ ਥੋੜਾ ਆਉਂਦੀ ਹੈ ਉਹਦਾ ਰਾਉਂਡ ਟੇਬਲ ਹੁੰਦੀ ਹੈ ਜੀ ਚਲੋ ਪਰ ਇਹ ਮੁੱਦਾ ਹੀ ਛੱਡੋ ਤੁਸੀਂ ਪਲੌਟ ਤੇ ਆ ਜਾਓ ਜੀ ਮੈਂ ਵੀ 74 ਦੇ ਪਿਛਲੇ ਪਾਸੇ ਕੱਢੇ ਹੋਏ ਰਸਤੇ ਦੀ ਗੱਲ ਕਰ ਰਿਹਾ ਸੀ ਮੇਰੀ ਗੱਲ ਸੁਣੋ ਇੱਕ ਜੀ ਸਰ ਸੀਨੀਅਰ ਇੰਡਸਟਰੀਲਿਸਟ ਜੀ ਸਰ ਜਿਹੜਾ ਹਰ ਯੂਨੀਵਰਸਿਟੀ ਚ ਜਾ ਕੇ ਜੀ ਸਰ ਪੜ੍ਹਾਉਂਦੇ ਆ ਜਾ ਕੇ ਜੀ ਸਰ ਰਾਈਟ ਜੀ ਸਰ ਤੇ ਹਰ ਯੂਨੀਵਰਸਿਟੀ ਸਾਨੂੰ ਉਸ ਅਦਬ ਦੇ ਨਾਲ ਬੁਲਾ ਕੇ ਕਿਉਂਕਿ ਦਿਸ ਇਜ਼ ਵਾਟ ਵੀ ਕਨਵੇ ਅਸੀਂ ਬੱਚਿਆਂ ਨੂੰ ਦੱਸਦੇ ਹਾਂ ਕਿ ਇੰਡਸਟਰੀ ਕਿਵੇਂ ਚਲਾਣੀ ਹੈ ਦੱਸਦੇ ਹਾਂ ਕਿ ਪਲੌਟ ਕਿਵੇਂ ਲੈਣੇ ਨੇ ਤੇ ਫਿਰ ਬਿਨਾਂ ਇੰਡਸਟਰੀ ਲਾਈ ਵੇਚ ਦੇਣੇ ਆ ਸਰ ਸੁਣੋ ਮੇਰੀ ਗੱਲ ਸੁਣੋ ਜੀ ਸਰ ਤਾਂ ਟ੍ਰੀਟ ਕਰ ਰਹੇ ਹੋ ਕਿ ਐਜ਼ ਇਫ ਮੈਂ ਕੋਈ ਜ਼ੁਰਮ ਕੀਤਾ ਹੋਇਆ ਮੈਂ ਨਹੀਂ ਸਰ ਹੈਰਾਨੀ ਹੁੰਦੀ ਹੈ ਜੀ ਇੱਥੇ ਇੰਪਲੋਇਮੈਂਟ ਕਿੰਨਿਆਂ ਨੂੰ ਮਿਲਨੇ ਸੀ ਮਤਲਬ ਤੁਸੀਂ ਪਲੌਟ ਲਿਆ ਹੈ ਇੰਡਸਟਰੀ ਵਾਸਤੇ ਡਿਪਾਰਟਮੈਂਟ ਨੂੰ ਕਿਹਾ ਹੈ ਪਰ ਹੁਣ ਤੁਸੀਂ ਐਕਸ ਵਾਈ ਜ਼ੀ ਜੋ ਵੀ ਤੁਸੀਂ ਬਹਾਨਾ ਲਾ ਰਹੇ ਹੋ ਈਵਨ ਉਹ ਬਹਾਨਾ 2074 ਦੇ ਬਾਅਦ ਵੀ ਸੀਗਾ ਤੁਹਾਡੇ ਕੋਲ ਪਰ ਉਸ ਤੇ ਉਹ ਜਾਣਦੇ ਹੋਈ ਵੀ ਤੁਸੀਂ A28 ਲਿਆ ਉਹਦੇ 'ਚ ਇਨਵੈਸਟ ਕੀਤਾ ਬਾਈਫਰਕੇਟ ਕੀਤਾ ਤੇ ਉਸ ਨੂੰ ਵੇਚ ਦਿੱਤਾ ਤੇ ਇਸ ਨੂੰ ਕੀ ਸਮਝਿਆ ਜਾਵੇ ਸਰ ਕੀ ਇਹ ਵੈਰੀ ਵੈਲ ਪਲੈਨਡ ਜਾਂ ਪ੍ਰੀ ਪਲੈਨਡ ਨਹੀਂ ਸੀ ਕਿ ਮੈਂ ਤਾਂ ਸਰਕਾਰ ਦੇ ਤਰਲੇ ਕੱਢ ਲਏ ਮੈਂ ਸਰਕਾਰ ਨੂੰ ਸਰ ਤਰਲੇ 2074 ਦੇ ਬਾਅਦ ਕੱਢਣੇ ਸੀ ਨਾ ਜੇ ਤਰਲੇ ਕੱਢਦੇ ਪਏ ਸੀ ਫਿਰ ਬੀ ਆਪਣਾ A28 ਕਿਉਂ ਲਿਆ C198 ਫੇਜ਼ 8ਵੀਂ ਵਿੱਚ ਉਹ ਕਿਉਂ ਲਿਆ ਫਿਰ ਜੇ ਪਹਿਲਾਂ ਇਹ ਤੁਹਾਨੂੰ 2074 ਵੇਲੇ ਤਰਲੇ ਨਿਕਲ ਗਏ ਸੀ ਤੁਹਾਡੇ ਮੇਰਾ ਇਨਵੈਸਟਰ ਨੇ ਕਿਹਾ ਵੀ ਇਸ ਤੋਂ ਛੋਟੀ ਨਹੀਂ ਲਾਣੀ ਵੱਡੀ ਲਾਣੀ ਹੈ ਅਸੀਂ ਉਹ ਸਬਮਿਟ ਕੀਤਾ ਉਹਨਾਂ ਨੂੰ ਜਾ ਕੇ ਸਰ ਤੁਸੀਂ ਉਹਨਾਂ ਨੂੰ ਇਨਵੈਸਟਰ ਨੂੰ ਇਹ ਵੀ ਕਹਿ ਸਕਦੇ ਸੀ ਨਾ ਸਾਡੇ ਤਾਂ ਛੋਟੇ ਵਾਲੇ ਜੀ ਤਰਲੇ ਘਟਾ ਦੇ ਸਰਕਾਰ ਨੇ ਅਸੀਂ ਵੱਡਾ ਪੰਗਾ ਕਿਉਂ ਲਈਏ
ਪਰ ਤੁਸੀਂ ਤਾਂ ਫਿਰ ਵੱਡੇ ਵਾਲਾ ਲੈ ਕੇ ਤੁਸੀਂ ਤਾਂ ਫਿਰ ਤੁਹਾਨੂੰ ਹੋਰ ਮਿਲ ਗਿਆ ਚਲੋ ਵੱਡੇ ਪਲਾਟ ਜੀ ਕੱਟ ਕੇ ਬੈਪਰ ਕੇ ਦੇ ਕੇ ਵੇਚ ਦਾਂਗੇ ਇਦਾਂ ਦੀ ਨੀਅਤ ਥੋੜੀ ਸੀ ਵੇਚਣ ਦੀ ਉਦੋਂ ਤਾਂ ਅਸੀਂ ਇਹ ਸਮਝਦੇ ਸੀ ਭਾਈ ਕਿ ਅਸੀਂ ਇਹ ਪਲਾਟ ਲਿੱਤਾ ਹੈ ਫੈਕਟਰੀ ਲਗਾ ਰਹੇ ਹਾਂ ਤੇ ਪਲਾਟ ਲਾ ਕੇ ਫੈਕਟਰੀ ਨਕਸ਼ਾ ਬਣਾ ਕੇ ਅਸੀਂ ਤਾਂ ਸਰਕਾਰ ਨੂੰ ਸਬਮਿਟ ਕੀਤਾ ਤੇ ਤੁਸੀਂ ਕਦੀ ਉਹਨਾਂ ਨੂੰ ਪੁੱਛੋ ਸਰਕਾਰ ਨੂੰ ਕਿ ਜੋ ਮੈਂ ਕਹਿ ਰਿਹਾ ਉਹਦੇ ਵਿੱਚ ਕੋਈ ਫਰਕ ਹੈਗਾ ਤੁਸੀਂ ਹਾਲਾਂਕਿ ਮੇਰੀ ਹਰ ਗੱਲ ਚ ਫਰਕ ਕੱਢਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਮੈਂ ਚਿਤਕਾਰਾ ਦੇ ਵਿੱਚ ਨਹੀਂ ਸੀ ਉਸ ਦਿਨ ਮੈਂ ਚਿਤਕਾਰਾ ਦੇ ਵਿੱਚ ਸੀ ਚਿਤਕਾਰਾ ਦੇ ਵਿੱਚ ਅਸੀਂ ਇੱਕ ਐਗਰੀਮੈਂਟ ਸਾਈਨ ਕੀਤਾ ਉਹਨਾਂ ਦੇ ਨਾਲ ਜੁਆਇੰਟ ਵੈਂਚਰ ਟਾਈਨੌਰ ਦੇ ਨਾਲ ਤੇ ਉਹ ਐਗਰੀਮੈਂਟ ਵੀ ਕਾਪੀ ਦੇਖਣਾ ਚਾਹੋਗੇ ਉਸ ਟਾਈਮ ਦੀਆਂ ਫੋਟੋਆਂ ਦੇਖਣਾ ਚਾਹੋਗੇ ਕਿਉਂਕਿ ਫੋਟੋਆਂ ਵੀ ਖਿੱਚੀਆਂ ਗਈਆਂ ਸਰ ਤੁਸੀਂ ਮੈਨੂੰ ਸਰ ਮੈਂ ਤੁਹਾਨੂੰ ਇੱਥੇ ਸਰ ਇੱਕ ਸੈਕਿੰਡ ਇੰਟਰਪਟ ਕਰਾਂਗਾ ਤੁਸੀਂ ਮੈਨੂੰ B74 ਦੇ ਰਿਲੇਟਿਡ A28 ਦੇ ਰਿਲੇਟਿਡ A28 ਦੇ ਮੈਂ ਤੁਹਾਨੂੰ ਨਕਸ਼ਾ ਹੋਰ ਚੀਜ਼ਾਂ ਬੋਲੀਆਂ ਤੁਸੀਂ ਉਹ ਡਾਕੂਮੈਂਟ ਦੇਣ ਨੂੰ ਤਿਆਰ ਨਹੀਂ ਪਰ ਚਿਤਕਾਰਾ ਯੂਨੀਵਰਸਿਟੀ ਵਿੱਚ ਇਹ ਸਾਬਤ ਕਰਨ ਨੂੰ ਤਿਆਰ ਹੋ ਕਿ ਮੈਂ ਉੱਥੇ ਬੈਠਾ ਹੋਇਆ ਸੀ ਬਿਲਕੁਲ ਪ੍ਰੂਫ ਜੀ ਸਰ ਲੇਕਿਨ ਸਰ ਸਰ ਲੇਕਿਨ ਲੇਕਿਨ ਕਰਕਸ ਮੈਨੂੰ ਤਾਂ ਮੈਨੂੰ ਜੋ ਮੈਨੂੰ ਲੱਗ ਰਿਹਾ ਸਰ ਮਤਲਬ ਇਹ ਚੀਜ਼ਾਂ ਸਾਰੀਆਂ ਦੇਖ ਕੇ ਮਤਲਬ ਇੱਕ ਬੰਦਾ ਜਦੋਂ ਠੋਕਰ ਖਾਂਦਾ ਨਾ ਪਹਿਲੀ ਵਾਰ ਤੇ ਪਤਾ ਲੱਗਦਾ ਵੀ ਇਹ ਚੀਜ਼ ਠੀਕ ਨਹੀਂ ਉਹ ਉਸ ਤੋਂ ਸਬਕ ਲੈ ਕੇ ਦੁਬਾਰਾ ਗਲਤੀ ਨਹੀਂ ਕਰਦਾ ਪਰ ਤੁਸੀਂ ਠੋਕਰ ਖਾ ਕੇ ਕਈ ਪਲਾਟਾਂ ਵਿੱਚ ਗਲਤੀ ਕਰਕੇ ਪਲਾਟ ਲੈ ਵੀ ਲਏ ਤੇ ਉਹਨਾਂ ਨੂੰ ਕਰੋੜਾਂ ਰੁਪਏ ਦੇ ਮੁਨਾਫਾ ਖੱਟ ਕੇ ਵੇਚ ਵੀ ਦਿੱਤਾ ਸਰ ਮਤਲਬ ਤੁਸੀਂ ਇੰਡਸਟਰੀਅਲਿਸਟ ਤੋਂ ਤੁਸੀਂ ਬਹੁਤ ਸਮਾਰਟਲੀ ਤੁਸੀਂ ਪ੍ਰਾਪਰਟੀ ਡੀਲਰ ਬਣ ਗਏ ਤੁਸੀਂ ਪਲੀਜ਼ ਅੰਡਰਸਟੈਂਡ ਕਰੋ ਜੀ ਸਰ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਕਿ ਦੇਖੋ ਇਹ ਤਾਂ ਕਿ ਅੱਜ ਵੀ ਜਦੋਂ ਪਾਲਿਸੀ ਨਹੀਂ ਚੇਂਜ ਹੋਈ ਸੀ ਤਾਂ ਸਾਡੀ ਇਹ ਸੋਚ ਸੀ ਕਿ ਅਸੀਂ ਪਾਲਿਸੀ ਚੇਂਜ ਕਰਾ ਪਾਵਾਂਗੇ ਕਿਉਂਕਿ ਸਰਕਾਰ ਦੀ ਪਾਲਿਸੀ ਗਲਤ ਹੈ ਤੇ ਸਰਕਾਰ ਮੰਨਦੀ ਪਈ ਹੈ ਤੇ ਚੇਂਜ ਕਰ ਦੇਣਗੇ ਸਰ ਸਰਕਾਰ ਦਾ ਸਰਕਾਰ ਦਾ ਹਰ ਰੋਜ਼ ਲਾਰੇ ਲਾਉਂਦੇ ਰਹੇ ਪਰ ਸਰ ਮੈਨੂੰ ਇੱਕ ਚੀਜ਼ ਲੱਗ ਰਿਹਾ ਵੀ ਤੁਸੀਂ ਮੈਨੂੰ ਕਾਗਜ਼ ਤਾਂ ਮਤਲਬ ਤੁਸੀਂ ਕਹਿ ਰਹੇ ਹੋ ਮੈਂ ਕੋਈ ਵੀ ਭੇਜਣਾ ਨਹੀਂ ਤੇ ਮੈਂ ਹੁਣ ਤੁਹਾਡੀ ਗਲਤੀ ਵਿਸ਼ਵਾਸ ਕਰਨਾ ਪਰ ਬਿਨਾਂ ਕਾਗਜ਼ਾਂ ਤੋਂ ਵਿਸ਼ਵਾਸ ਕਰਨਾ ਬੜਾ ਔਖਾ ਹੈ ਜੀ ਲੇਕਿਨ ਇਹ ਸਵਾਲ ਜ਼ਰੂਰ ਬਰਕਰਾਰ ਹੈ ਬਈ ਤੁਸੀਂ ਇੱਕ ਵਾਰ ਗਲਤੀ ਕਰਕੇ ਤੁਸੀਂ ਉਹੀ ਗਲਤੀ ਦੁਬਾਰਾ ਫਿਰ ਤੀਜੀ ਵਾਰ ਗਲਤੀ ਨਹੀਂ ਹੈ ਕੋਈ ਗਲਤੀ ਨਹੀਂ ਹੈ ਅਸੀਂ ਜੇ ਕੋਈ ਪਲਾਟ ਗਲਤੀ ਨਹੀਂ ਨਾ ਹੋਈ ਸਰ B74 ਲੈ ਕੇ ਤਾਂ ਫਾਇਦਾ ਹੋ ਗਿਆ ਤੁਹਾਨੂੰ ਗਲਤੀ ਤਾਂ ਹੋਈ ਨਹੀਂ ਜੇ ਅਸੀਂ ਕੋਈ ਪਲਾਟ ਲਿੱਤਾ ਤਾਂ ਬਣਾਉਣ ਵਾਸਤੇ ਲਿੱਤਾ ਪਰ ਬਣਾਇਆ ਨਹੀਂ ਸਰ ਪਰ ਬਣਾਇਆ ਨਹੀਂ ਪਾਰਟੀਕਲ ਕਰਕੇ ਵੇਚ ਦਿੱਤਾ ਕੋਈ ਰੀਜ਼ਨ ਹੋਇਆ ਨਹੀਂ ਬਣਾ ਸਕੇ ਸਵਾਲ ਉੱਥੇ ਆਉਂਦਾ ਸਰ ਇਹ ਤੁਹਾਡੀ ਗੱਲ ਚੋਂ ਸਵਾਲ ਨਿਕਲਿਆ ਕੋਈ ਵੀ ਰੀਜ਼ਨ ਹੋਇਆ ਉਹ ਰੀਜ਼ਨ ਕੀ ਹੈਗਾ ਐਗਜੈਕਟਲੀ ਕੋਈ ਕਾਗਜ਼ ਤੁਹਾਡੇ ਕੋਲ ਤੁਸੀਂ ਮਤਲਬ ਨਹੀਂ ਤੁਸੀਂ ਉਹ ਕਰ ਰਹੇ ਤੇ ਉਹ ਰੀਜ਼ਨ ਨੂੰ ਛੱਡ ਕੇ ਸੁਣੋ ਸਰ ਸੁਣੋ ਸੁਣੋ ਤੁਸੀਂ ਪਲਾਟ ਲੈ ਕੇ ਦਿੱਤਾ ਪਰ ਤੁਸੀਂ ਕਰਕੇ ਵੇਚ ਦਿੱਤਾ ਸਵਾਲ ਇਹੀ ਹੈ ਸਰ ਸਵਾਲ ਇਹੀ ਹੈ ਸੁਣੋ ਨਾ ਅਸੀਂ ਛੋਟਾ ਪਲਾਟ ਲਿੱਤਾ ਤੇ ਸਾਨੂੰ ਉਸ ਤੋਂ ਬਾਅਦ ਲੱਗਿਆ ਇਹ ਛੋਟਾ ਹੈ ਅਸੀਂ ਵੱਡੇ ਹੋ ਚੁੱਕੇ ਹਾਂ ਅਭੀ ਛੋਟੀ ਅਭੀ ਇੱਥੇ ਮੁਨਾਫਾ ਘੱਟ ਹੋਣਾ ਹੈ ਬੈਫਰਿਕਟ ਕਰਕੇ ਵੱਡਾ ਲੈ ਕੇ ਵੱਡਾ ਕਰਕੇ ਵੇਚਾਂਗੇ ਨਹੀਂ ਦੇਖੋ ਏਦਾਂ ਮੈਂ ਇੱਕ ਹੋਰ ਗੱਲ ਦੱਸਦਾ ਜੀ ਸਰ ਕਿ ਵੀ ਤੁਸੀਂ ਕਹਿੰਦੇ ਹੋ ਵੀ ਖਰੀਦ ਕੇ ਵੇਚਾਂਗੇ ਤਾਂ ਖਰੀਦ ਵੇਚ ਜਿਹੜੀ ਹੈਗੀ ਹੈ ਜੀ ਉਹ ਜਾਂ ਤਾਂ ਗੁਨਾਹ ਹੋਵੇ ਸਰ ਗੁਨਾਹ ਨਹੀਂ ਜਾਂ ਤਾਂ ਉਹ ਲਿਖੀ ਹੋਵੇ ਜਦੋਂ ਤੁਸੀਂ ਲਿਆ ਵੀ ਅਸੀਂ ਪਲਾਂਟ ਨਹੀਂ ਲਾਣਾ ਜੀ ਕਿਉਂਕਿ ਸਰਕਾਰ ਦੀ ਗਲਤੀ ਹੈਗੀ ਹੈ ਇੱਥੇ ECS ਹੈਗਾ ਫਲਾਣਾ ਚੀਜ਼ ਨਹੀਂ ਠੀਕ ਹੈਗੀ ਪਾਲਿਸੀ ਚ ਗਲਤੀ ਹੈਗੀ ਹੈ ਤੇ ਸਰ ਮੇਰੀ ਬੇਨਤੀ ਸੁਣੋ ਵੀ ਜਾਂ ਤਾਂ ਤੁਸੀਂ ਖਰੀਦਣ ਵੇਲੇ ਲਿਖਿਆ ਸੀਗਾ ਵੀ ਅਸੀਂ ਬਿਨਾਂ ਪਲਾਂਟ ਲਾਏ ਹੀ ਇਸ ਨੂੰ ਵੇਚ ਦਾਂਗੇ ਜੀ ਸਰਕਾਰ ਦੀ ਪਾਲਿਸੀ ਕਹਿੰਦੀ 3 ਸਾਲ ਚ ਪ੍ਰੋਡਕਸ਼ਨ ਦਿਖਾਓ ਤੁਸੀਂ ਪ੍ਰੋਡਕਸ਼ਨ ਨਹੀਂ ਦਿਖਾਈ ਤੁਸੀਂ ਉਹਨੂੰ ਬਾਇਫਰਗੇਟ ਕਰਕੇ ਵੇਚ ਦਿੱਤਾ ਮੇਰਾ ਸਵਾਲ ਇਹ ਹੈ ਅਸੀਂ ਤਾਂ ਪੂਰਾ ਜ਼ੋਰ ਲਾਇਆ ਭਾਜੀ ਕਿ ਵੀ ਇਹ ਪਲਾਟ ਜਿਹੜਾ ਹੈ ਨਾ ਅਸੀਂ ਬਣਾਉਣਾ ਆ ਚਾਹੁੰਦੇ ਜ਼ੋਰ ਬੇਸ਼ੱਕ ਤੁਸੀਂ ਲਾਉਂਦੇ ਰਹੇ ਹੋਏ ਪਰ ਅਸਲੀਅਤ ਦੇ ਵਿੱਚ ਹਕੀਕਤ ਵਿੱਚ ਸਰ ਪ੍ਰੋਡਕਸ਼ਨ ਤਾਂ ਨਹੀਂ ਹੋਈ ਨਾ ਪ੍ਰੋਡਕਸ਼ਨ ਤਾਂ ਸ਼ੋਅ ਨਹੀਂ ਹੋਈ ਪ੍ਰੋਡਕਸ਼ਨ ਨਹੀਂ ਹੋਈ ਬਿਲਕੁਲ ਨਹੀਂ ਪ੍ਰੋਡਕਸ਼ਨ ਛੱਡੋ ਉੱਥੇ ਕੰਸਟਰਕਸ਼ਨ ਹੀ ਨਹੀਂ ਹੋਈ ਤੁਹਾਡੇ ਵੱਲੋਂ ਤਾਂ ਪ੍ਰੋਡਕਸ਼ਨ ਤਾਂ ਕਿੱਥੇ ਹੋਣੀ ਸੀਗੀ ਸਰ ਫਿਰ ਬਾਕੀ ਪ੍ਰੋਡਕਸ਼ਨ ਹੋਈ ਨੀ ਜਦੋਂ ਪ੍ਰੋਡਕਸ਼ਨ ਹੋਇਆ ਤੁਸੀਂ ਲਿਆ ਪ੍ਰੋਡਕਸ਼ਨ ਹੋਈ ਨੀ ਮਤਲਬ ਇਲੀਗਲ ਹੋ ਗਿਆ ਸਾਰਾ ਕੁਝ ਮਤਲਬ ਕਿ ਤੁਸੀਂ ਤੁਹਾਡੀ ਇੰਟੈਂਸ਼ਨ ਉੱਤੇ ਗਲਤ ਸਾਬਤ ਹੋ ਗਈ ਪਾਲਿਸੀ ਉਹ ਪਾਲਿਸੀ ਇੱਕ ਨਹੀਂ ਕਈ ਕਈ ਗਲਤ ਨੇ ਪਾਲਿਸੀ ਸਰ ਫਿਰ ਤੁਸੀਂ ਗਲਤ ਜਗ੍ਹਾ ਪੰਗਾ ਕਿਉਂ ਲਿਆ ਸਰ ਯਾ ਫਿਰ ਵੇਚਣਾ ਸੀ ਫਿਰ ਇੱਥੇ ਇੰਟੈਂਸ਼ਨ ਫਿਰ ਗਲਤ ਹੈ ਤੁਸੀਂ ਕਹਿ ਰਹੇ ਪਾਲਿਸੀ ਇੱਕ ਨਹੀਂ ਤੁਸੀਂ ਕਹਿ ਰਹੇ ਪਾਲਿਸੀ ਇੱਕ ਨਹੀਂ ਕਈ ਗਲਤ ਸੀ ਫਿਰ ਜਦੋਂ ਪਤਾ ਹੈ ਗਲਤ ਸੀ ਫਿਰ ਤੁਸੀਂ ਪੰਗੇ ਲੈ ਰਹੇ ਤੁਸੀਂ ਫਿਰ ਖਰੀਦ ਰਹੇ ਹੋ ਇੱਥੇ ਤੁਹਾਡੀ ਇੰਟੈਂਸ਼ਨ ਗਲਤ ਇਸ ਕਰਕੇ ਲੱਗਦੀ ਹੈ ਪਤਾ ਹੋਣ ਦੇ ਬਾਵਜੂਦ ਵੀ ਤੁਸੀਂ ਜੋ ਹੈ ਉਹਨਾਂ ਨੂੰ ਖਰੀਦਿਆ ਤੇ ਬਾਫਰਕਿਟ ਕਰਕੇ ਕਰੋੜਾਂ ਦੇ ਮੁਨਾਫਾ ਲੈ ਕੇ ਵੇਚਤਾ ਸੁਣੋ ਗੱਲ ਇਹ ਹੈ ਕਿ ਅਸੀਂ ਜਾਂ ਤਾਂ ਦੂਜੀ ਸਟੇਟ ਚ ਜਾਈਏ
ਕਿਉਂਕਿ ਜੇ ਉਹ ਤੁਸੀਂ ਸਰਕਾਰ ਨਾਲ ਕਰੋ ਨਾ ਸਰ, ਮੈਂ ਤਾਂ ਜਿਹੜੀ ਇੱਥੇ ਦੀ ਪੰਜਾਬ ਦੇ ਲੋਕਾਂ ਦਾ ਜਿਹੜਾ ਜਿਹੜਾ ਇਹਨਾਂ ਨੂੰ ਰੁਜ਼ਗਾਰ ਮਿਲਣਾ ਸੀ ਜਾਂ ਹੋਣਾ ਸੀ ਜਾਂ ਕੋਈ ਹੋਰ ਵਿਚਾਰਾ ਫੈਕਟਰੀ ਲਾ ਕੇ ਰੁਜ਼ਗਾਰ ਦੇਣ ਦਾ ਕਿਸੇ ਨੂੰ, ਨਹੀਂ ਕੋਈ ਵੀ ਨਹੀਂ ਲਾ ਸਕਦਾ ਸੀ ਉੱਥੇ जवाब मिल गए। इस टाइम स्टेट ऑफ माइंड ठीक नहीं है, सुन नहीं रहे तुसी मेरी गल। सर मैं तुहाडी 42 मिनट गल सुन ली है, तुसी फिर भी कह रहे सुन लो। सुनो, एक कंपनी होंगी है जिहड़ी तरीके नाल हर चीज कंप्लायंस पूरी करके लगाना चाहती है, उस तो बिना लाना नहीं चाहती। कुछ कंपनियां एहो जिहियां होंदियां ने जिन्हां नूं कंप्लायंस मैटर नहीं करदी, ਉਹ ਜਿੰਨਾ ਮਰਜ਼ੀ ਤੱਕੜ ਤੂਸ ਕੰਮ ਕਰ ਲੈਂਦੇ ਨੇ। ਠੀਕ ਹੈ ਸਰ, ਤੁਹਾਡਾ ਕਹਿੰਦਾ ਮਤਲਬ ਸਰਕਾਰ ਦੀ ਪਾਲਿਸੀ ਠੀਕ ਨਹੀਂ ਸੀ, ਉਸ ਦੇ ਬਾਵਜੂਦ ਜਾਣਦੇ ਹੋਏ ਵੀ ਤੁਸੀਂ ਜਿਹੜਾ ਹੈਗਾ ਉਹ ਪਲਾਟ ਖਰੀਦੀ ਕੇ ਬਾਇਫਰਕਟ ਕਰਕੇ ਵੇਚੀ, ਕਿਉਂਕਿ ਸਾਨੂੰ ਇਹ ਪਤਾ ਸੀ ਕਿ ਅਸੀਂ ਸਰਕਾਰ ਨੂੰ ਜਦੋਂ ਸਮਝਾਵਾਂਗੇ ਲੌਜੀਕਲ ਗੱਲਾਂ ਮਨਾ ਪਾਵਾਂਗੇ। ਸਰ ਤੁਹਾਨੂੰ ਇਹ ਵੀ ਪਤਾ ਹੋਣਾ ਨੰਬਰ 1 ਤੁਸੀਂ ਕਹਿੰਦੇ ਹੋ ਗੱਲਾਂ ਦੇ ਨਾਲ ਕੁਝ ਨਹੀਂ ਹੁੰਦਾ ਜੀ, ਲਿਖਤੀ ਤੌਰ ਤੇ ਜਿਹੜੀ ਗੱਲਾਂ ਹੁੰਦੀਆਂ ਡਾਕੂਮੈਂਟਡ ਗੱਲਾਂ ਡਾਕੂਮੈਂਟਡ ਹੀ ਹੁੰਦਾ ਹੈ। ਜਦੋਂ ਤੁਸੀਂ ਸਰਕਾਰ ਕੋਲੋਂ ਲਿਖਤੀ ਰੂਪ ਵਿੱਚ ਬੈਨੀਫਿਟਸ ਮੰਗਦੇ ਰਹੇ, ਇਹ ਤੁਸੀਂ ਕਿਵੇਂ ਸਮਝ ਲਿਆ ਸੀਗਾ ਵੀ ਸਰਕਾਰ ਨੂੰ ਤੁਸੀਂ ਸਮਝਾਓਗੇ ਤਾਂ ਸਮਝ ਜਾਏਗੀ? ਸਰ ਤੁਸੀਂ ਸਰਕਾਰ ਤੋਂ ਉੱਤੇ, ਸਰਕਾਰ ਤਾਂ ਸੁਪਰੀਮ ਪਾਵਰ ਹੋ ਗਈ ਨਾ ਸਰ ਸਟੇਟ ਦੀ, ਜਦ ਤੁਹਾਨੂੰ ਜਦ ਤੁਸੀਂ ਸਰਕਾਰ ਤੇ ਵਿਸ਼ਵਾਸ ਨਹੀਂ ਕਰ ਰਹੇ ਬਿਨਾਂ ਲਿਖਤੀ ਦੇ ਵਿੱਚ ਸਰਕਾਰ ਕਿਵੇਂ ਕਰੇਗੀ? ਤੁਸੀਂ ਪ੍ਰੋਡਕਸ਼ਨ ਦੇ ਲਈ ਲੈ ਕੇ ਕੁਝ ਨਹੀਂ ਕੀਤਾ ਅੱਗੇ, ਫਿਰ ਤੁਸੀਂ ਕਹਿ ਰਹੇ ਵੀ ਤੁਹਾਡੀ ਗੱਲ ਤੇ ਅਸੀਂ ਵਿਸ਼ਵਾਸ ਕਰੀਏ? ਚਲੋ ਖੈਰ 42-43 ਮਿੰਟ ਹੋ ਗਏ ਸਰ, ਮੇਰੇ ਖਿਆਲ 44 ਮਿੰਟ ਬਹੁਤ ਲੰਬੀ ਹੋ ਗਈ ਗੱਲ, ਤੁਸੀਂ ਮੇਰੇ ਖਿਆਲ ਤੁਹਾਡੀ ਸਾਰੀ ਗੱਲ ਮੈਂ ਸੁਣ ਲਈ ਹੈ ਤੇ ਬਹੁਤ ਚੰਗਾ ਲੱਗਿਆ ਜੀ ਗੱਲ ਕਰਕੇ। ਤੇ ਫਿਰ ਜੇ ਕਦੇ ਲੱਗਿਆ ਸਵਾਲ ਫਿਰ ਤੁਹਾਨੂੰ ਜੇ ਕੋਈ ਸਵਾਲ ਹੋਰ ਰਹਿ ਗਿਆ ਜਾਂ ਦਹਿ ਚ ਆਇਆ ਤੁਹਾਨੂੰ ਦੁਬਾਰਾ ਕਾਲ ਕਰਾਂਗੇ ਸਰ। जर्नलिज्म दी हिस्ट्री दा सब तो वड्डा फोन होया जी है। आज तक इतना लंबा वर्जन मैं किसी दा नहीं लिया सर, बहुत लंबा हो गया जी। मैं बड़ा तफसील नाल मेरे कोल होया जिहड़ियां गल्लां मैनूं नहीं भी चाहीदियां तुसीं ओह वी बोलियां, मैं सुनियां ने। मैं ये कहा कि तुसी जेड़ा भी मैनू कोई सवाल पूछा जी सर, कोशिश कीती कि तुहानू मैं पूरा उहदा जवाब दिया, ताकि कोई एदां दी गल आवे तुहानू लगे कि मैं जवाब ही नहीं दे पा रहा। मैनू पता नहीं, नहीं, नहीं तुसी दा बड़ा घुमाया मतलब, लेकिन मैं स्ट्रेट पॉइंट ते आया, पर हुण लेट द पीपल डिसाइड की है ठीक की नहीं ठीक, वो अपने लोग देखण या सरकार देखे डिपार्टमेंट देखे। यू आर राइट, थैंक यू सर, थैंक यू। कर रहे हो चंगा कर रहे हो, उहदा रीजन है कि जेड़ा मीडिया है ना जी सर, मीडिया का एक फर्ज है जी सर, उसी फर्ज निभा रहे हो जी, बिल्कुल निभा रहे हैं जी। सीधा थोड़ा वर्जन लेने में तुसी आप सोचो सर, मैं कितने दिन वेट की थी थोड़ा वर्जन लेने के लिए। नहीं देखो, मैं तुम्हें हूं याद करो, मैं तुम्हें फोन किया जो मैं वेला होया ना उस दिन सर, मेरा मैं याद है तुसी 9:38 से फोन किया सी, मैं अपने उतो ऑफिस आया। सुनो, मैं चितकारा तो ऑफिस आया जी, मेरे ऑफिस दे विच दो बंदे वेट कर रहे सी जी सर, उनके नाल मैं जो करना सी किया जी। ते उस तो बाद मैं तुहानू जिद्दां ही मैं ऑफिस चो उतो फ्री होया दूजी मीटिंग चो जी सर, तुहानू बिल्कुल सर बिल्कुल मैनू याद है जी, तुसी मैनू फोन किया सी 9:00। हां जी हां जी सर, एज अ गुड सिटीजन टुवर्ड्स अ गुड जर्नलिज्म सर, आई एप्रिशिएट सर, तुसी 9:40 मेरा बहुत बढ़िया के भरा नु मैं उस टाइम ते बिल्कुल तुसी 9:39 ते मैनू फोन किया सी, मैनू याद है 5 जनवरी की गल है, उस वेले मेरा शो चलता पिया सी सर, ते शो मेरा खत्म होया 10:20 ते मैं पहला बिजी सी, तुसी दूजी बारी तुसी बिजी सी। हां सर, मेरा शो चल रहा सी सर, मेरा अपनी जिम्मेवारी निभाई। बिल्कुल सर बिल्कुल, आई एप्रिशिएट सर, ते तुसी रेगुलर भी उन्हें कदों मर्जी इस टाइम फोन करोगे ना, जदों 9:39 ते रात नु मैं बिजी होना, मेरा शो होना पता सी मैनू नहीं पता। बिल्कुल बिल्कुल, आई एप्रिशिएट सर, मैं उदों भी तुहानू मतलब यह है कि तुसी हालांकि इस तरीके नाल मैनू सवाल करदे रहे कि एज इफ के मैं गलती कीती हुई है, पर ऐदा हैगा असी अपने वालों जिन्ना को भी तुसी सोचदे हो ना कि कायदे कानून मुताबिक ठीक चलिए जी, बिल्कुल ज्यादा असी ध्यान रखते हैं अपने कंपनी के। सर वैसे एक छोटा जहा वैसे मेरे जहन च आ गया गल करते करते, वैसे शायद हटके हो गए थोड़ा जहा सर, एक पर्सनल थोड़ा जहा तुसी जे देख लियो जे जवाब देना है, एक मस्टैंग सीगी सर, वो मेरे ख्याल कोई चक्कर रौला पिया सी ते वो वेच दित्ती गई है जी, तुहाडे कोल हुंदी सी मस्टैंग कोई मेरे ख्याल च? हां जी, मस्टैंग वेच दित्ती सी। ओके 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 ओके, एफआईआर वगैरह हुई सी सर कुछ? ओके चलो सर, गल करके बहुत चंगा लग्या जी, ते बहुत लंबी गल हुई है ते मेरे आज तक दी मतलब हिस्ट्री दे विच सब तो लंबी गल हुई है जी, ते बहुत बहुत धन्यवाद तुहाडा सर। एदा वे के मैनू ये अच्छा लग्या कि तुसी अच्छा काम कर रहे हो, थैंक यू सर, कर रहे हो ओनू बिलकुल इम्पार्शल होके
ਨਹੀਂ ਬਿਲਕੁਲ ਸਰ, ਤੁਹਾਡਾ ਵਰਜ਼ਨ ਲੈਣਾ ਬਹੁਤ ਜ਼ਰੂਰੀ ਸੀ ਸਰ, ਇਸ ਕਰਕੇ ਵੀ ਵਿਲ ਆਲਵੇਜ਼ ਸਪੋਰਟ ਯੂ। ਨਹੀਂ ਨਹੀਂ ਥੈਂਕ ਯੂ ਸਰ, ਜਿੱਥੇ ਤੁਹਾਨੂੰ ਲੱਗੇਗਾ ਨਾ। ਪਰ ਮੈਂ ਇਹ ਚਾਹਨਾ ਕਿ ਚੰਗੀ ਜਰਨਲਿਜ਼ਮ ਇਹੀ ਹੁੰਦੀ ਹੈ ਕਿ ਜਦੋਂ ਤੁਸੀਂ ਦੂਜੇ ਦਾ ਪੱਖ ਬਿਲਕੁਲ ਇੰਪਾਰਸ਼ਲ ਹੋ ਕੇ ਸੁਣ ਲਓ। ਨਹੀਂ ਨਹੀਂ ਬਿਲਕੁਲ ਸਰ, ਜੋ ਵੀ ਨਤੀਜਾ ਕੱਢੋਗੇ ਉਹ ਠੀਕ ਹੋਏਗਾ। ਬਿਲਕੁਲ ਸਰ, ਜਨਤਾ ਦੇ ਸਾਹਮਣੇ ਮੈਂ ਤਾਂ ਨਹੀਂ ਕਰਨਾ ਕਿ ਦਾ ਇਹਦਾ, ਲੈਟ ਦਾ ਪੀਪਲ ਡਿਸਾਈਡ, ਅਜੇ ਦਾ ਪੱਖ ਰੱਖਣੇ ਦੋਨੋਂ ਦੀ, ਬਿਲਕੁਲ ਬਿਲਕੁਲ ਫੈਕਟ ਰੱਖਣੇ ਆ ਤੇ ਵਰਜ਼ਨ ਰੱਖਣਾ ਤੇ ਆਪਣਾ ਡਿਸਾਈਡ ਕਰਨਾ। ਮੈਂ ਕੀ ਕਹਿ ਰਿਹਾ, ਤੁਸੀਂ ਪੱਖ ਰੱਖ ਰਹੇ ਹੋ ਜੀ, ਪਰ ਤੁਸੀਂ ਪਹਿਲਾਂ ਹੀ ਇੱਕ ਪੱਖ ਦੇ ਵੱਲ ਜਾ ਕੇ ਨਾ ਪੱਖ ਰੱਖੋ, ਤੁਸੀਂ ਇੰਪਾਰਸ਼ਲ ਹੋ ਕੇ ਪੱਖ ਰੱਖੋ। ਬਿਲਕੁਲ ਬਿਲਕੁਲ ਸਰ, ਤਾਂ ਹੀ ਤੁਹਾਡਾ ਵਰਜ਼ਨ ਲਿਆ ਜੀ, ਤੁਸੀਂ ਲੈ ਰਹੇ ਸੀ ਨਾ। ਬਿਲਕੁਲ, ਮੈਨੂੰ ਐਦਾਂ ਲੱਗ ਰਿਹਾ ਸੀ ਤੁਸੀਂ ਆਪਣਾ ਪੱਖ ਆਲਰੇਡੀ ਚੁਣ ਚੁੱਕੇ ਹੋ, ਤਾਂ ਮੈਂ ਇੱਕ ਥੋੜਾ ਜਿਹਾ ਇੰਪਾਰਸ਼ਲ ਹੋ ਜਾਓਗੇ, ਤੁਹਾਡੀ ਜਰਨਲਿਜ਼ਮ ਹੋਰ ਬੈਟਰ ਹੋ ਜਾਏਗੀ। ਧੰਨਵਾਦ, ਬਹੁਤ ਚੰਗਾ ਲੱਗਿਆ ਜੀ ਗੱਲ ਕਰਕੇ। ਠੀਕ ਹੈ ਸਰ, ਬਹੁਤ ਬਹੁਤ ਧੰਨਵਾਦ। ਓਕੇ ਜੀ, ਥੈਂਕ ਯੂ।